सयो असा नैना दे आके लगे। अच्छा डॉक्टर साहब, असी पहले ਜਿਹੜਾ ਸਾਡਾ ਐਪੀਸੋਡ ਸੀ ਉਹਦੇ 'ਚ ਅਸੀਂ ਗੱਲ ਕੀਤੀ ਸ਼ਾਹ ਹੁਸੈਨ ਦੇ ਸਾਰੇ ਅੱਗੇ ਪਿੱਛੇ ਜਿੰਨਾ ਵੀ ਉਹਨਾਂ ਦਾ ਬੋਰਨ ਔਰ ਜੋ ਇਹ ਪੀਰੀਅਡ ਸੀ ਉਹ ਚੱਲ ਰਿਹਾ ਸੀ। ਉਹਨਾਂ ਨੇ ਇੰਟਰੋਡਿਊਸ ਕੀਤਾ ਜੀ ਇੱਕ ਨਵਾਂ ਜੋਨਰਾ ਜਿਹਨੂੰ ਕਹਿ ਲੈਣਾ ਚਾਹੀਦਾ ਕਾਫੀ ਦਾ। ਉਹ ਕੀ ਹੈ ਉਹਦੇ, ਉਹ ਡਿਫਰੈਂਟ ਕਿਸ ਤਰ੍ਹਾਂ ਹੈ ਦੂਸਰੇ ਜਿਹੜੇ ਜਿੰਨੇ ਵੀ ਸਟਾਈਲ ਚੱਲ ਰਹੇ ਸਨ ਉਹਨਾਂ ਦੇ ਨਾਲ? ਦੇਖੋ ਨਾ ਜੀ, ਉਹ ਤੁਸੀਂ ਦੇਖੋ ਕਿ ਬਾਬਾ ਫਰੀਦ ਜਿਹੜੇ ਨੇ ਉਸ ਤੋਂ ਪਹਿਲੇ ਜਿਹੜੇ ਨੋਨ ਸ਼ਾਇਰ ਨੇ ਸਾਡੇ ਕੋਲ, ਉਹਨਾਂ 'ਚ ਬਾਬਾ ਫਰੀਦ ਨੇ, ਬਾਬਾ ਫਰੀਦ ਨੇ ਦੋਹੇ ਲਿਖੇ, ਦੋਹਿਆਂ ਦੀ ਇੱਕ ਹੋਰ ਫਾਰਮ ਹੈ। ਫਿਰ ਸਾਡੇ ਗੁਰੂ ਨਾਨਕ ਸਾਹਿਬ ਨੇ, ਗੁਰੂ ਨਾਨਕ ਜੀ ਨੇ, ਉਹਨਾਂ ਨੇ ਇੱਕ ਹੋਰ ਫਾਰਮੈਟ 'ਚ ਲਿਖਿਆ। ਸ਼ਾਹ ਹੁਸੈਨ ਨੇ ਕਾਫੀ ਫਾਰਮੈਟ 'ਚ ਲਿਖਿਆ। ਕਾਫੀ ਫਾਰਮੈਟ ਇਹ ਹੈਗਾ ਕਿ ਇੱਕ ਅਸਥਾਈ ਹੁੰਦੀ ਹੈ, ਇੱਕ ਮਿਸਰਾ ਹੁੰਦਾ ਹੈ, ਫਿਰ ਉਹਦੇ ਨਾਲ ਬਾਕੀ ਅੰਤਰੇ ਆਉਂਦੇ ਨੇ, ਹਰ ਅੰਤਰੇ ਤੋਂ ਬਾਅਦ ਅਸਥਾਈ ਗਾਈ ਜਾਂਦੀ ਹੈ। ਇਹ ਰੇਂਜ ਦੇ ਵਿੱਚ ਰਹੇ ਕਿ ਜਿਹੜੀ ਇਹ ਸ਼ਾਇਰੀ ਹੈ, ਖਾ ਬਾਬਾ ਫਰੀਦ ਦੀ ਹੋਵੇ ਜਾਂ ਗੁਰੂ ਨਾਨਕ ਜੀ ਦੀ ਹੋਵੇ ਅਤੇ ਭਾਵੇਂ ਸ਼ਾਹ ਹੁਸੈਨ ਦੀ ਹੋਵੇ, ਇਹਦੇ ਵਿੱਚ ਇਹ ਗੱਲ ਪਹਿਲੇ ਮਿਥਕੇ ਚੱਲਦੇ ਸਨ ਕਿ ਇਹ ਗਾਈ ਜਾਣੀ ਹੈ। ਅੱਛਾ, ਠੀਕ ਹੈ, ਠੀਕ ਹੈ। ਫਿਰ ਨੰਬਰ ਇੱਕ ਗੱਲ, ਔਰ ਜਿਹੜੀ ਸ਼ਾਹ ਹੁਸੈਨ ਮਤਲਬ ਸ਼ਾਹ ਹੁਸੈਨ ਦੀ ਕਾਫੀਆਂ ਦੀ ਕਿਤਾਬ ਪਹਿਲੀ ਛਪੀ ਸੀ ਪਾਕਿਸਤਾਨ 'ਚ, ਉੱਤੇ ਮੈਨੂੰ ਯਾਦ ਹੈ ਕਿ ਹਰ ਕਾਫੀ ਦੇ ਨਾਲ ਰਾਗ ਵੀ ਲਿਖਿਆ ਸੀ। ਬਿਲਕੁਲ ਠੀਕ, ਹਾਂਜੀ ਠੀਕ। ਮਤਲਬ ਕਿਹੜੇ ਰਾਗ 'ਚੋਂ ਕਾਫੀ ਗਾਈ ਜਾਣੀ ਹੈ, ਠੀਕ। ਸੋ ਇੱਕ ਤਾਂ ਇਹ ਗੱਲ ਹੈਗੀ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਉਹ ਇਹ ਜਿਹੜੇ ਸ਼ਾਇਰ ਨੇ, ਇਹ ਬਾਬਾ ਫਰੀਦ ਹੋਵੇ ਜਾਂ ਗੁਰੂ ਨਾਨਕ ਹੋਣ ਜਾਂ ਸ਼ਾਹ ਹੁਸੈਨ ਹੋਣ, ਇਹ ਉਹ ਸ਼ਾਇਰ ਨੇ ਜਿਹੜੇ ਕਿ ਜਿਨ੍ਹਾਂ ਨੇ ਜੋ ਲਿਖਣਾ ਹੈ ਉਹ ਅਗਲੇ ਦਿਨ ਜਾਂ ਦੋ ਦਿਨਾਂ 'ਚ ਲੋਕਾਂ ਨੇ ਸੁਣਨਾ ਵੀ ਹੈ, ਠੀਕ ਹੈ। ਔਰ ਉਹ ਮੈਸੇਜ ਜਿਹੜਾ ਹੈ ਉਹ ਰਿਪੀਟ ਵੀ ਹੋਣਾ, ਠੀਕ ਹੈ, ਲੋਕਾਂ ਨਾਲ ਗੱਲ ਹੋ ਰਹੀ ਹੈ ਨਾ, ਠੀਕ ਹੈ, ਇੱਕ ਮੈਸੇਜ ਨੂੰ ਰਿਪੀਟ ਵੀ ਹੋਣਾ। ਇਸ ਵਾਸਤੇ ਤੁਹਾਨੂੰ ਕਾਫੀਆਂ 'ਚ ਲੱਗੇਗਾ, ਹਰ ਬਜ਼ੁਰਗ ਦੀ ਕਾਫੀ ਜਿਹੜੇ ਕਾਫੀਆਂ ਪੜ੍ਹੋਗੇ ਤਾਂ ਤੁਹਾਨੂੰ ਬਾਅਦ ਵੇਲੇ ਲੱਗੇਗਾ ਕਿ ਜੀ ਉਹੀ ਗੱਲ ਜਿਹੜੀ ਹੈ ਉਹ ਵਾਰ ਵਾਰ ਕੀਤੀ ਜਾ ਰਹੀ ਹੈ, ਔਰ ਉਹੀ ਮੌਜੂ ਜਿਹੜਾ ਉਹਨੂੰ ਮੁਖਤਲਿਫ ਅੰਦਾਜ਼ ਨਾਲ ਦੁਹਰਾਇਆ ਜਾ ਰਿਹਾ ਹੈ, ਕਿਉਂਕਿ ਬੁਨਿਆਦੀ ਤੌਰ 'ਤੇ ਉਹ ਲੋਕਾਂ ਨਾਲ ਗੱਲ ਹੋ ਰਹੀ ਹੈ, ਠੀਕ ਹੈ, ਠੀਕ ਹੈ। ਇੱਥੋਂ ਮੈਂ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਇਹਦੇ 'ਤੇ ਇਹ ਹਾਂ, ਇੱਥੋਂ ਇਸ ਤੋਂ ਪਹਿਲੇ ਮੈਂ ਉਸ ਗੱਲ ਵੱਲ ਜਾਵਾਂ, ਲੇਕਿਨ ਸ਼ਾਹ ਹੁਸੈਨ ਦੀ ਖੂਬੀ ਇਹ ਹੈ ਕਿ ਸ਼ਾਹ ਹੁਸੈਨ ਨੇ ਕਾਫੀ ਦੇ ਅੰਦਰ ਜਿਹੜੇ ਇਮੇਜਸ, ਜਿਹੜੇ ਕਿਰਦਾਰ ਔਰ ਜਿਹੜੇ ਥੀਮਸ ਜਿਹੜੇ ਇਸਟੈਬਲਿਸ਼ ਕੀਤੇ, ਉਹ ਥੀਮ ਜਿਹੜੇ ਨੇ ਉਹ ਅਜੇ ਤੱਕ ਪ੍ਰਚਲਿਤ ਨੇ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਦੇਖੋ ਨੀ ਮਾਏ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ, ਠੀਕ। ਤੁਸੀਂ ਆਪਣਾ ਪੜ੍ਹ ਲਓ ਸ਼ਿਵ ਕੁਮਾਰ ਬਟਾਲਵੀ ਨੂੰ, ਬਿਲਕੁਲ ਠੀਕ ਹੈ, ਉਹ ਵੀ ਮਾਏ ਨਹੀਂ, ਠੀਕ ਹੈ, ਠੀਕ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸ਼ਾਹ ਹੁਸੈਨ ਨੇ, ਫਿਰ ਦੇਖੋ ਹੀਰ ਰਾਂਝੇ ਦਾ ਜਿਹੜਾ ਦੋਨਾਂ ਦਾ ਇਮੇਜਸ ਨੇ, ਇਹ ਸਭ ਤੋਂ ਪਹਿਲੇ ਸ਼ਾਹ ਹੁਸੈਨ ਨੇ ਵਰਤੇ ਨੇ, ਔਰ ਉਸ ਤੋਂ ਬਾਅਦ ਫਿਰ ਜਿਹੜੀ ਡਾਇਲੈਕਟਿਕਸ ਹੈ ਆਪਣਾ ਪੰਜਾਬੀ ਪੋਇਟਰੀ ਦੀ, ਜਿਹੜਾ ਡਿਸਕੋਰਸ ਹੈ ਉਹਦੇ ਵਿੱਚ ਫਿਰ ਇਹ ਹੀਰੋ ਰਾਂਝੇ ਦਾ ਜਿਹੜਾ ਹੈ, ਕੀ ਮਤਲਬ ਹੈ ਦੋਵਾਂ ਦਾ ਔਰ ਦੋਵਾਂ ਦੇ ਦਰਮਿਆਨ ਤਲਕ ਕੀ ਹੈਗਾ, ਇਹਨੂੰ ਫਿਰ ਸਾਰੇ ਸ਼ਾਇਰਾਂ ਨੇ ਵਰਤਿਆ। ਸੋ ਮਤਲਬ ਉਹਨੇ ਬਹੁਤ ਹੀ ਬੇਸਿਕ ਪੈਰਾਮੀਟਰ ਸ਼ਾਹ ਹੁਸੈਨ ਨੇ ਆਉਣ ਵਾਲੇ ਸ਼ਾਇਰਾਂ ਲਈ ਜਿਹੜੇ ਨੇ ਉਹ ਤਕਰੀਬਨ ਮਿਸ ਦਿੱਤੇ, ਇਸਟੈਬਲਿਸ਼ ਕਰ ਦਿੱਤੇ, ਔਰ ਫਿਰ ਉਹ ਬਾਅਦ ਵਿੱਚ ਇਸਤੇਮਾਲ ਹੁੰਦੇ ਰਹੇ, ਬਿਲਕੁਲ ਇਸਤੇਮਾਲ ਹੁੰਦੇ ਰਹੇ। ਔਰ ਇਹ ਹੈ ਕਿ ਬਾਅਦ ਵਿੱਚ ਤੁਹਾਨੂੰ ਇਹ ਲੱਗਦਾ ਹੈ ਕਿ ਮਤਲਬ ਤੁਸੀਂ ਬਾਹਰ ਸ਼ਹਿਰ 'ਚ ਪੜ੍ਹਦੇ ਹੋ ਤਾਂ ਤੁਹਾਨੂੰ ਇਹ ਲੱਗਦਾ ਕਿ ਸ਼ਾਹ ਹੁਸੈਨ ਦੀ ਕਿਸੇ ਕਾਫੀ ਨੂੰ ਨਾਲ ਮਿਲਾ ਦੀ ਅਣਬਣ ਹੋਈ, ਸ਼ਾਹ ਹੁਸੈਨ ਕਹਿੰਦਾ ਨਾਲ ਮਿਲਾ ਦੀ ਅਣਬਣ ਹੋਈ ਅਤੇ ਇਸ ਵਾਸਤੇ ਪਾਰ ਨਹੀਂ ਜਾ ਸਕਦੇ, ਠੀਕ। ਅਤੇ ਤੁਸੀਂ ਫਿਰ ਉਹੀ ਦੇਖਦੇ ਹੋ ਕਿ ਜੀ ਵਾਰਿਸ਼ਾ ਜਿਹੜਾ ਹੈ ਉਹ ਮਲਾਹ ਦੇ ਨਾਲ ਜਿਹੜੀ ਹੈ ਰਾਂਝੇ ਦੀ ਅਣਬਣ ਵਿਖਾ ਰਿਹਾ ਡਾਇਲਾਗ ਦੇ ਵਿੱਚ, ਡਰਾਮੇ ਵਿੱਚ ਵਿਖਾ ਰਿਹਾ। ਅਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਉਹਨੇ ਆਉਣ ਵਾਲੇ ਸ਼ਾਇਰਾਂ ਦੀ ਲਈ ਕਾਫੀ ਸਾਰੇ ਪੈਰਾਮੀਟਰਸ ਜਿਹੜੇ ਨੇ ਉਹ ਇਸਟੈਬਲਿਸ਼ ਕਰਤੇ, ਲੇਕਿਨ ਹਾਂਜੀ
ਨਹੀਂ, ਮੈਂ ਪੁੱਛਣ ਲੱਗਾ ਸੀ ਕਿ ਹੀਰ ਚੂੰਕਿ ਪਹਿਲੇ ਹੀ ਉਸ ਟਾਈਮ ਲਿਖੀ ਜਾ ਰਹੀ ਸੀ ਜਾਂ ਲਿਖੀ ਗਈ ਸੀ, ਇਸ ਲਈ ਸ਼ਾਹ ਹੁਸੈਨ ਨੇ ਤਾਂ ਆਲਰੇਡੀ ਬਾਰੋ ਕੀਤਾ ਨਾ ਸਾਰਾ ਰਾਂਝੇ ਦਾ ਔਰ ਹੀਰ ਦਾ ਜਿਹੜਾ ਕਾਨਸੈਪਟ ਹੈ, ਤਾਂ ਕਿਆ ਉਹਦੇ 'ਚ ਵੀ ਤਾਂ ਇਹ ਸਾਰੀ ਡਿਸਕਸ਼ਨ ਇਨਵਾਲਵ ਹੋਏਗੀ ਨਾ ਕਿ ਜੀ ਉਹ ਹੁਣ ਪਾਰ ਨਹੀਂ ਲੰਘਣ ਦੇ ਰਿਹਾ ਔਰ ਉਹਦੇ ਨਾਲ ਗੱਲਬਾਤ ਕਰ ਰਿਹਾ ਕਿ ਬਈ ਤੂੰ ਮੈਨੂੰ ਆਉਣ ਦੇ ਮੈਨੂੰ ਜਾਣ ਨਹੀਂ, ਦੇ? ਉਹ ਮਤਲਬ ਇਹ ਨਾ ਕਿ ਸਵਾਲ ਇਹ ਹੈ ਕਿ ਉਹ ਇੱਕ ਫੋਕ ਸਟੋਰੀ ਹੋਏਗੀ ਨਾ ਜੀ, ਹਾਂ ਠੀਕ ਹੈ, ਔਰ ਫੋਕ ਦੇ ਵਿੱਚ ਮਸ਼ਹੂਰ ਹੋਏਗੀ, ਔਰ ਜਿਹੜੀ ਮਸਲਨ ਆਪਣੀ ਦਮੋਦਰ ਦਾਸ ਦੀ ਹੀਰ ਹੈ ਉਹਦੇ ਵਿੱਚ ਜਿਹੜਾ ਮਲਾਦ ਆ ਉਹ ਕਨਸਵਰ ਨਹੀਂ ਹੈਗਾ ਜਿਹੜਾ ਸ਼ਾਹ ਹੁਸੈਨ ਨੇ ਪੇਸ਼ ਕੀਤਾ, ਠੀਕ ਹੈ, ਜਿਹੜਾ ਸ਼ਾਹ ਹੁਸੈਨ ਨੇ ਸਵਰ ਜਿਹੜਾ ਰਾਂਝੇ ਦਾ ਔਰ ਮਲਾਦ ਦਾ ਜਿਹੜਾ ਆਪਸ ਦੇ ਵਿੱਚ ਤਲਕ ਦਿਖਾਇਆ ਉਹ ਵਾਰਿਸ ਸ਼ਾਹ ਨੇ ਉਹਨੂੰ ਤਾਂ ਫਾਲੋ ਕੀਤਾ ਹੈ, ਠੀਕ ਹੈ, ਲੇਕਿਨ ਉਹਨੇ ਉਹਨੂੰ ਨਹੀਂ ਕੀਤਾ ਜਿਹੜਾ ਕਿ ਦਮੋਦਰ ਦਾਸ ਨੇ ਕੀਤਾ ਸੀ, ਉਹ ਬਿਲਕੁਲ ਮੁਖਤਲਿਫ ਹੈ, ਠੀਕ, ਇਸ ਵਕਤ ਕਿਉਂਕਿ ਉਹ ਇੱਕ ਟਰੈਡੀਸ਼ਨ ਦੇ ਵਿੱਚ ਲਿਖ ਰਿਹਾ ਸੀ ਵਾਰਿਸ ਸ਼ਾਹ ਵੀ ਸ਼ਾਹ ਹੁਸੈਨ ਦੀ ਮਿੱਥੀ ਹੋਈ ਟਰੈਡੀਸ਼ਨ ਦੇ ਵਿੱਚ। ਹੁਣ ਤੁਸੀਂ ਇਹ ਵੇਖੋ ਜਿਹੜੀ ਗੱਲ ਹੈਗੀ ਹੈ ਕਿ ਇਹਦੇ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼ਾਹ ਹੁਸੈਨ ਦਾ, ਪਹਿਲੀ ਗੱਲ ਇਹ ਹੈਗੀ ਹੈ ਕਿ ਸ਼ਾਹ ਹੁਸੈਨ ਦੀ ਕਾਫੀਆਂ ਨੂੰ ਸਮਝਣ ਲਈ ਉਹਦਾ ਵਰਲਡ ਵਿਊ ਕੀ ਹੈਗਾ, ਠੀਕ ਹੈ, ਗੱਲ ਤਾਂ ਸਾਰੀ ਵਰਲਡ ਵਿਊ ਦੀ ਪਹਿਲੇ ਆਏਗੀ ਨਾ, ਉਸ ਤੋਂ ਬਾਅਦ ਜ਼ਬਾਨ ਦੀ, ਉਸ ਤੋਂ ਬਾਅਦ ਉਹਦੀ ਜਿਹੜੀ ਮਾਸਟਰੀ ਹੈਗੀ ਹੈ ਲੈਂਗੁਏਜ ਦੇ ਉੱਤੇ, ਉਹਨਾਂ ਸਾਰਿਆਂ ਦੀ ਗੱਲ ਆਏਗੀ, ਲੇਕਿਨ ਪਹਿਲੇ ਤੁਸੀਂ ਦੇਖੋ ਕਿ ਹੁਣ ਇਹ ਮੈਂ ਇਸ ਕਾਫੀ ਤੋਂ ਤੁਹਾਨੂੰ ਇਹ ਕਾਫੀ ਅਸੀਂ ਖੋਲਣਾ ਹੈ, ਠੀਕ ਹੈ, ਲਿਖੀ ਲੋਹ ਕਲਮ ਦੀ ਕਾਦਰ ਨੇ ਮਾਏ ਮੋੜ ਜ ਸਕਨੀ ਮੋੜ, ਠੀਕ, ਡੋਲੀ ਪਾ ਲੈ ਚੱਲੇ ਖੇੜੇ, ਠੀਕ ਹੈ ਨਾ, ਨਾ ਕੁਝ ਉਜ਼ਰ ਨਾ ਜ਼ੋਰ, ਰਾਂਝਣ ਮੈਨੂੰ ਕੁੰਡੀਆਂ ਪਾਈਆਂ ਲੁੱਕ ਛੁਪ ਖਿੱਚਦਾ ਏ ਡੋਰ, ਠੀਕ। ਹੁਣ ਤੁਸੀਂ ਦੇਖੋ ਲਿਖੀ ਲੋਹ ਕਲਮ ਦੀ ਕਾਦਰ ਨੇ ਮਾਏ ਮੋੜ ਜ ਸਕਨੀ ਹੈ ਮੋੜ, ਇਹ ਲੋਹ ਕਲਮ ਦੀ ਲਿਖੀ ਕਿਹੜੀ ਹੈ, ਕਿਆ ਇਹ ਰੱਬ ਨੇ ਲਿਖ ਦਿੱਤਾ ਸੀ, ਲੋਹ ਕਲਮ ਦੀ ਲਿਖੀ ਦਾ ਤਾਂ ਮਤਲਬ ਇਹ ਹੈ ਕਿ ਰੱਬ ਨੇ ਇਹ ਲਿਖ ਦਿੱਤਾ ਸੀ, ਨਸੀਬਾਂ 'ਚ ਲਿਖਿਆ ਗਿਆ ਸੀ, ਨਸੀਬਾਂ 'ਚ ਲਿਖਿਆ ਗਿਆ ਸੀ ਕਿ ਹੀਰ ਜਿਹੜੀ ਹੈ ਇਹਦਾ ਖੇੜਿਆਂ ਦੇ ਨਾਲ ਹੀ ਹੈ, ਖੇੜਿਆਂ ਦੇ ਘਰ ਇਹਨੇ ਵਹੁਟੀ ਬਣ ਕੇ ਜਾਣਾ, ਠੀਕ ਹੈ, ਅਤੇ ਕਿਆ ਮਾਂ ਨੂੰ ਚੈਲੰਜ ਹੈ ਕਿ ਬਈ ਤੂੰ ਜੇ ਮੋੜ ਸਕਦੀ ਜੇ ਕਰ ਲੈ ਜੋ ਕਰਨੀ, ਜੋ ਕਰ ਸਕਦੀ ਹੈ ਤਾਂ ਕੁਝ ਕਰ ਲੈ। ਇਹਦੀ ਇੱਕ ਦੂਸਰੀ ਪੜਤ ਹੈ, ਅੱਛਾ, ਉਹ ਪੜਤ ਇਹ ਹੈ ਕਿ ਜਿਹੜੀ ਇਹ ਲੋਹ ਕਲਮ ਹੈ, ਇਹ ਲੋਹ ਕਲਮ ਰੱਬ ਨੇ ਨਹੀਂ ਲਿਖੀ, ਅੱਛਾ, ਕਿਉਂਕਿ ਇੱਥੇ ਲੋਹ ਕਲਮ ਦੇ ਵਿੱਚ ਰੱਬ ਨਹੀਂ ਆ ਰਿਹਾ, ਕਾਦਰ ਜਿਹੜਾ, ਕਾਦਰ ਜਿਹੜਾ ਹੈ, ਕਾਦਰ ਜਿਹੜਾ ਲੋਹ ਕਲਮ ਲਿਖਿਆ ਹੋਇਆ ਕੀ ਹੈ, ਲਿਖਿਆ ਹੋਇਆ ਹੈ ਇੱਕ ਸਮਾਜ ਜਿਹਨੂੰ ਤੋੜਿਆ ਨਹੀਂ ਜਾ ਸਕਦਾ ਉਸ ਵੇਲੇ। ਅੱਛਾ, ਇਹ ਹੁਣ ਕਾਦਰ ਉਹ ਹੈ ਜਿਹਦੀ ਕੁਦਰਤ ਹੈ ਔਰ ਕੁਦਰਤ ਜਿਹੜੀ ਹੈ ਉਹ ਤਾਕਤ ਜਿਹੜੀ ਹੈ ਜਿਹੜਾ ਇਨਫਲੂਐਂਸ ਜਿਹੜਾ ਹੈ ਉਹ ਕਿਸੇ ਦਾ ਵੀ ਹੋ ਸਕਦਾ ਹੈ ਔਰ ਜ਼ਰੂਰੀ ਨਹੀਂ ਹੈ ਕਿ ਰੱਬ ਦਾ ਇਨਫਲੂਐਂਸ ਹੈ। ਮਤਲਬ ਇਹ ਹੈ ਕਿ ਉਹਦਾ ਮਤਲਬ ਇਹ ਹੈਗਾ ਇੱਥੇ, ਯਾਨੀ ਮੈਂ ਇਹ ਕਹਾਂਗਾ ਕਿ ਮੈਂ ਰੱਬ ਨੂੰ ਨਹੀਂ ਟਕਰਾ ਰਿਹਾ, ਮੈਂ ਇਹ ਕਹਿ ਰਿਹਾ ਕਿ ਉਹ ਚੀਜ਼ ਜਿਹੜੀ ਕਿ ਬੰਦੇ ਦੀ ਆਪਣੀ ਖਾਹਿਸ਼ ਦੇ ਉੱਤੇ ਭਾਰੂ ਹੈ, ਜਿਹਨੂੰ ਉਹ ਆਪਣੀ ਖਾਹਿਸ਼ ਨਾਲ ਤੋੜ ਨਹੀਂ ਸਕਦਾ, ਇਹ ਉੱਥੇ ਕਾਦਰ ਹੈ, ਉਹ ਉੱਥੇ ਕਾਦਰ ਹੈ। ਔਰ ਉਹ ਕਾਦਰ ਕੌਣ ਹੈ, ਕਾਦਰ ਜਿਹਨੂੰ ਕੁਦਰਤ ਹੋਵੇ, ਜਿਹਨੂੰ ਕਬਜ਼ਾ ਹੋਵੇ, ਜਿਹੜਾ ਉਹ ਕਾਦਰ, ਉਹ ਨਿਜ਼ਾਮ ਹੈ ਜਿਹੜਾ ਕਿ ਹੀਰ ਔਰ ਰਾਂਝਾ ਜਿਸ ਮੁਆਸ਼ਰੇ 'ਚ ਰਹਿ ਰਹੇ ਨੇ ਉਹ ਨਿਜ਼ਾਮ ਹੈ। ਮਿਸਾਲ ਦੇ ਤੌਰ ਦੇ ਉੱਤੇ ਹੀਰ ਜਿਹੜੀ ਹੈ ਉਹ ਸਰਦਾਰ ਦੀ ਧੀ ਹੈ, ਸਿਆਲਾਂ ਦੇ ਸਰਦਾਰ ਦੀ ਧੀ ਹੈਗੀ ਹੈ, ਠੀਕ ਹੈ, ਠੀਕ ਹੈ। ਰਾਂਝਾ ਉੱਥੇ ਇੱਕ ਮਾਮੂਲੀ ਜਿਹਾ ਇੱਕ ਮਹੀਆਂ ਚਾਰਨ ਵਾਲਾ ਚਰਵਾਲ ਹੈ। ਤੁਸੀਂ ਮੈਨੂੰ ਦੱਸੋ ਕਿ ਉਸ ਸਮਾਜ ਦੇ ਵਿੱਚ ਕੋਈ ਸਰਦਾਰ ਚਰਵਾਲ ਨੂੰ ਆਪਣੀ ਕੁੜੀ ਦੇ ਦੇਵੇਗਾ, ਨਹੀਂ ਦੇਵੇਗਾ ਨਾ। ਹਾਂਜੀ, ਸੁੱਕ ਜਿਹੜੀ ਲੋਹ ਕਲਮ ਦੀ ਲਿਖੀ ਹੈ ਉਹ ਇਹ ਹੈ, ਜੋ ਸੋਸਾਇਟੀ ਨੇ ਲਿਖੀ ਹੈ, ਜੋ ਸਮਾਜ ਨੇ ਤੈਅ ਕੀਤਾ ਹੈ, ਬੰਦਿਆਂ ਨੇ ਜੋ ਤੈਅ ਕੀਤਾ ਹੈ, ਬੰਦਿਆਂ ਨੇ ਜੋ ਆਪਣੇ ਕਲਾਸ ਔਰ ਕਾਸਟ ਔਰ ਬਾਕੀ ਜਿਹੜੇ ਫਰਕ ਪਾਲੇ ਨੇ ਔਰ ਉਹਨਾਂ ਦੀ ਜਿਹੜੀ ਚਲਣੀ ਹੈ ਉਹ ਹੈ ਜਿਹੜੀ ਕਿ ਲੋਹ ਕਲਮ ਬਣ ਜਿਹਨੂੰ ਲੋਹ ਕਲਮ ਸਮਝਿਆ ਜਾ ਰਿਹਾ, ਠੀਕ ਹੈ। ਲੇਕਿਨ ਇਹ ਜਿਹੜੀ ਰਮਜ਼ ਹੈ ਨਾ ਇਹ ਇਟਸ ਵੈਰੀ ਯੂਨੀਕ, ਇਹਦੇ 'ਚ ਇਹ ਬੜੀ ਐਮਬਿਗੁਅਸ ਵੀ ਹੈ ਜਿਹਨੂੰ ਅੰਗਰੇਜ਼ੀ 'ਚ ਕਿਹਾ ਜਾ ਸਕਦਾ ਨਾ, ਕਿ ਉਹ ਕਿਆ ਉਹਨੇ, ਮੈਂ ਜੋ ਮੈਂ ਪਹਿਲੇ ਪੁੱਛਣ ਲੱਗਾ ਸੀ ਕਿ ਜੋ ਚੈਲੰਜ ਕੀਤਾ ਜਾਂ ਉਹ ਤਰਲਾ ਪਾਇਆ, ਮੈਨੂੰ ਮਿਹਨਤ ਕੀਤੀ ਹੈ, ਨਹੀਂ ਉਹਨੇ ਕਿਹਾ, ਉਹਨੇ ਤਾਂ ਇਹ ਕਿਹਾ ਕਿ ਉਹਨੇ ਕਿਹਾ ਮਾਂ ਜੋ ਸਮਾਜ ਦੇ ਕਾਨੂੰਨਾਂ ਦੇ ਮੁਤਾਬਕ ਹੋਣਾ ਸੀ
ਉਹ ਹੋ ਰਿਹਾ, ਮਾਂ ਤੇਰੇ ਤੋਂ ਵੀ ਸਮਾਜ ਭਾਰੀ ਆ, ਕਿਆ ਮਾਂ ਨੂੰ ਇਹ ਰਹੀ ਹੈ ਕਿ ਸਮਾਜ ਤੇ ਸਮਾਜ ਸਾਹਮਣੇ ਤੂੰ ਵੀ ਕੁਛ ਨਹੀਂ ਹੈਗੀ, ਤੂੰ ਇਹ ਸਮਝ ਰਹੀ ਹੈ ਕਿ ਤੂੰ ਮੈਨੂੰ ਡੋਲੀ ਪਾ ਰਹੀ ਹੈ, ਡੋਲੀ ਤਾਂ ਮੈਨੂੰ ਸਮਾਜ ਪਾ ਰਿਹਾ, ਜੇ ਤੂੰ ਮੋੜ ਸਕਦੀ ਹੈ ਤਾਂ ਮੋੜ ਕੇ ਦਿਖਾ, ਤੂੰ ਮੈਨੂੰ ਰਾਂਝੇ ਨਾਲ ਤੋੜ ਕੇ ਦਿਖਾ ਨਾ ਕਦੀ, ਚੋਂ ਵੀ ਤੂੰ ਨਹੀਂ ਰੋਕ ਸਕਦੀ, ਪਰ ਇਹਦੇ ਅੰਦਰ ਜਿਹੜਾ ਹੈ ਉਹ, ਹਾਲਾਂ ਇਹ ਇੱਕ ਪਾਸੇ ਤਾਂ ਇਹ ਹੈ ਕਿ ਜਿਵੇਂ ਪਹਿਲੇ ਤੋਂ ਸਾਰਾ ਕੁਛ ਮਿਥਿਆ ਮਿਥਾਇਆ ਲਿਖਿਆ ਆ ਗਿਆ ਤਾਂ ਇੰਜ ਹੀ ਹੋਣਾ, ਇਹਦਾ ਮਤਲਬ ਇਹ ਹੈ ਕਿ ਕੋਈ ਹੀਰ ਹੋਵੇ ਨਾ ਅਤੇ ਨਾ ਕੋਈ ਰਾਂਝਾ ਹੋਵੇ, ਪਰ ਉਸਦੇ ਅੰਦਰ ਜਿਹੜਾ ਜਿਹੜਾ ਰਾਂਝਾ ਹੈ, ਰਾਂਝੇ ਨੇ ਮੈਨੂੰ ਕੁੰਡੀਆਂ ਪਾਈਆਂ, ਇਹ ਮੈਨੂੰ ਪਤਾ ਹੈ, ਇਹ ਮੈਨੂੰ ਪਤਾ ਹੈ ਕਿ ਸਮਾਜ ਨੇ ਦੀ ਚਲਤ ਕੀ ਹੈ, ਸਮਾਜ ਨੇ ਮੈਨੂੰ ਖੇੜਿਆਂ ਦੇ ਪੱਲੇ ਪਾਉਣਾ ਹੈ, ਨਹੀਂ ਮਾਇਆ ਮੈਨੂੰ ਖੇੜਿਆਂ ਦੀ ਗੱਲ ਨਾ ਆਗ, ਇੱਕ ਹੋਰ ਕਾਫੀ ਹੈ, ਨਹੀਂ ਮਾਇਆ ਮੈਨੂੰ ਖੇੜਿਆਂ ਦੀ ਗੱਲ ਨਾ ਆਗ, ਮੈਂ ਮੰਗ ਰਾਂਝੇ ਦੀ ਹੋਈ ਖੇੜਿਆਂ ਨੂੰ ਕੂੜੀ ਜਾਗ, ਠੀਕ। ਸੋ ਮਤਲਬ ਇਹ ਹੈ ਕਿ ਖੇੜੇ ਕੌਣ ਨੇ, ਰਾਂਝਾ ਕੌਣ ਹੈ, ਖੇੜੇ ਉਹ ਨੇ ਜਿਹੜੇ ਸਮਾਜ ਦੇ ਬਣਾਉਣ ਵਾਲੇ, ਸਮਾਜ ਦੇ ਚਲਾਉਣ ਵਾਲੇ, ਸਮਾਜ ਦੇ ਬਣਾਉਣ ਵਾਲੇ ਨੇ। ਮਤਲਬ ਇਹ ਹੈ ਕਿ ਇੱਕ ਪਾਸੇ ਤਾਂ ਇਹ ਸਾਰੀ ਇੱਕ ਤਰ੍ਹਾਂ ਸਮਾਜ ਜਿਹੜਾ ਹੈ ਉਹਨੇ ਆਪਣੀ ਜਿਹੜੀ ਬਣਤਰ ਹੈ ਔਰ ਉਹਨੇ ਜਿਹੜੀ ਆਪਣੀ ਚਲਣੀ ਹੈ ਉਹ ਮਿਥਲੀ ਹੈ, ਉਸ ਤੋਂ ਬਾਹਰ ਕੋਈ ਨਹੀਂ ਨਿਕਲ ਸਕਦਾ, ਪਰ ਉਹਦੇ ਅੰਦਰ ਰਹਿੰਦਿਆਂ ਹੋਇਆਂ ਵੀ ਇਨਸਾਨ ਉਹਦੀ ਜਿਹੜੀ ਓਪਰੇਸ਼ਨ ਹੈ, ਉਹਦੀ ਜਿਹੜੀ ਮਿਥਿਆ ਹੋਇਆ ਹੋਣਾ ਹੈ, ਉਹਦੇ ਖਿਲਾਫ ਉਹਨੂੰ ਉਹਨੂੰ ਜਿਹੜਾ ਹੈ ਉਹਦੀ ਤਾਂਘ ਆਉਂਦੀ ਹੈ। ਮਤਲਬ ਹੀਰ ਨੂੰ ਇਸ ਦੇ ਬਾਵਜੂਦ ਜਾਣਦਿਆਂ ਹੋਇਆਂ ਕਿ ਮੈਂ ਆਪਣਾ ਸਮਾਜ ਨੇ ਕੀ ਕਰਨਾ ਮੇਰੇ ਨਾਲ, ਇਹ ਪਤਾ ਵੀ ਹੈ, ਪਰ ਇਸ ਦੇ ਬਾਵਜੂਦ ਉਹ ਜਿਹੜੀ ਤਾਂਘ ਹੈ ਰਾਂਝੇ ਦੀ ਉਹ ਫਿਰ ਵੀ ਜਾਗਦੀ ਹੈ। ਔਰ ਅਸਲ ਦੇ ਵਿੱਚ ਜੇ ਤੁਸੀਂ ਵੇਖੋ ਇਨਸਾਨਾਂ ਦੀ ਉਹ ਤਾਂਘ ਹੀ ਹੈ ਜਿਹੜੀ ਕਿ ਸੁਸਾਇਟੀ ਨੂੰ ਅੱਗੇ ਲਿਜਾਂਦੀ ਹੈ। ਬਿਲਕੁਲ ਠੀਕ ਹੈ, ਜੇ ਉਹ ਤਾਂਘ ਨਾ ਹੋਵੇ, ਇਹ ਠੀਕ ਹੈ ਹੀਰ ਉਸ ਵੇਲੇ ਕੁਰਬਾਨ ਹੋ ਗਈ, ਹੀਰ ਨੂੰ ਖੇੜਿਆਂ ਦੇ ਪਾ ਦਿੱਤਾ, ਪਰ ਤੁਸੀਂ ਜਾਣਦੇ ਹੋ ਕਿ ਅਗਰ ਤੁਸੀਂ ਅੱਜ ਦੇਖੋ ਜਿਹੜਾ ਵੈਸਟਰਨ ਸੁਸਾਇਟੀ ਹੈ ਜਾਂ ਲਿਬਰਲ ਸੁਸਾਇਟੀ ਹੈ ਉਹਦੇ ਵਿੱਚ ਜੋ ਹੀਰ ਚਾਹੁੰਦੀ ਸੀ ਕਿ ਅਗਰ ਉਹ ਕਿਸੇ ਨੌਕਰ ਨਾਲ ਵਿਆਹ ਕਰਨਾ ਚਾਹੁੰਦੀ ਹੈ ਤਾਂ ਕਰ ਲਵੇ, ਅਤੇ ਤੁਸੀਂ ਤੁਹਾਨੂੰ ਪਤਾ ਹੈ ਕਿ ਹੁਣ ਜੇ ਇਹ ਕੋਈ ਚਾਹਵੇ ਤਾਂ ਉਹ ਕਰ ਸਕਦਾ ਹੈ। ਖੈਰ ਉਹ ਹਾਲੇ ਵੀ ਡਿਬੇਟੇਬਲ ਹੈ, ਲੇਕਿਨ ਹੈ ਕਿ ਮੈਂ ਇਸ ਗੱਲ ਨੂੰ ਇੱਥੇ ਇਸ ਲਈ ਰੋਕਣਾ ਚਾਹ ਰਿਹਾ ਕਿ ਇਹ ਅਸੀਂ ਇਹੀ ਗੱਲ ਮੇਰਾ ਖਿਆਲ ਹੈ ਐਸੀ ਕਿਸਮ ਦੀ ਗੱਲ ਅਸੀਂ ਵਾਰਿਸ ਸ਼ਾਹ ਦੇ ਜਦੋਂ ਪਹੁੰਚਾਂਗੇ ਉਦੋਂ ਵੀ ਇਹ ਇਹ ਗੱਲ ਹੋਏਗੀ, ਕਿਉਂਕਿ ਉਹ ਹੀਰ ਸਾਰਾ ਉਸ ਨੂੰ ਸਰਾਊਂਡਿੰਗ। ਨਹੀਂ ਮੈਂ ਹੀਰ ਦੀ ਗੱਲ ਨਹੀਂ ਕਰ ਰਿਹਾ, ਲੇਕਿਨ ਚੂੰਕਿ ਇਹ ਬੋਰੋਡ ਕੋਨਸੈਪਟ ਹੈ ਨਾ ਥੋੜ੍ਹਾ ਜਿਹਾ, ਬੋਰੋਡ ਉਹਨਾਂ ਨੂੰ ਲੈ ਕੇ ਔਰ ਫਿਰ ਉਸ ਤੋਂ ਬਾਅਦ ਉਸਦੀ ਉਹਨਾਂ ਨੂੰ ਯੂਜ਼ ਕੀਤਾ। ਮੈਂ ਪੁੱਛਣਾ ਇਹ ਅੱਗੇ ਮੈਂ ਪੁੱਛਣਾ ਇਹ ਚਾਹ ਰਿਹਾ ਇਸ ਦੇ ਨਾਲ ਹੀ ਕਿ ਬਹੁਤ ਸਾਰੇ ਸਿੰਪਲੀਫਾਈਡ ਬਹੁਤ ਹੀ ਨਾ ਨਿਸਈਓ ਅਸੀਂ ਨੈਣਾਂ ਦੇ ਆਖੇ ਲੱਗੇ। ਨਹੀਂ ਮੈਂ ਇਹ ਕਹਿ ਰਿਹਾ ਕਿ ਹੁਣ ਇਹ ਜਿਹੜਾ ਸਮਾਜ ਹੈ ਇਹਦੇ ਵਿੱਚ ਹੁਣ ਦੋ ਰਾਹ ਨੇ ਜੀ। ਸਮਾਜ ਕੀ ਹੈ, ਸਮਾਜ ਦੇ ਵਿੱਚ ਲੋਕ ਆਪਣੇ ਆਪਣੇ ਮੁਖਤਲਿਫ ਤਰ੍ਹਾਂ ਦੇ ਪੇਸ਼ਿਆਂ 'ਚ ਲੱਗੇ ਹੋਏ ਨੇ, ਠੀਕ ਹੈ, ਚੋਰ ਕਰਨ ਚੋਰੀਆਂ, ਅਮਲੀ ਨੂੰ ਅਮਲਾਂ ਦੀ ਘੋੜੀਆਂ, ਕਾਮੀ ਨੂੰ ਚਿੰਤਾ ਕਾਮ ਦੀ, ਅਸਾਂ ਤਲਬ ਸਾਈ ਦੇ ਨਾਮ ਦੀ, ਠੀਕ ਹੈ, ਬਾਦਸ਼ਾਹ ਨੂੰ ਬਾਦਸ਼ਾਹੀਆਂ, ਸ਼ਾਹ ਨੂੰ ਗੁਰਾਈਆਂ, ਮਹਿਰ ਨੂੰ ਪਿੰਡ ਗਰਾਂ ਦੀ, ਅਸਾਂ ਤਲਬ ਸਾਈ ਦੇ ਨਾਮ ਦੀ, ਇਸੇ ਵਿੱਚ ਹੀ ਆਉਂਦਾ ਹੈ। ਇੱਕ ਸ਼ਾਹ ਹੁਸੈਨ ਫਕੀਰ ਹੈ, ਤੁਸੀਂ ਆਖੋ ਨਾ ਕੋਈ ਪੀਰ ਹੈ, ਅਸੀਂ ਕੂੜੀ ਗੱਲ ਨਾ ਮਾਮ ਦੀ, ਕਿ ਇਹ ਹਰ ਬੰਦਾ ਕਿਸੇ ਕੈਟੇਗਰੀ ਦੇ ਵਿੱਚ ਹੈ। ਕੋਈ ਚੋਰ ਹੈ ਉਹ ਚੋਰੀ ਕਰ ਰਿਹਾ, ਜਿਹੜਾ ਜ਼ਨਾਈ ਹੈ ਉਹ ਜ਼ਨਾ ਲਈ ਜ਼ਨਾਈ ਹੈ, ਕਾਮੀ ਦਾ ਮਤਲਬ, ਠੀਕ ਹੈ ਨਾ। ਸੋ ਮਤਲਬ ਇਹ ਹੈ ਕਿ ਇਹ ਸਾਰੀਆਂ ਕੈਟੇਗਰੀਜ਼ ਨੇ ਇਸ ਸਮਾਜ 'ਚ ਬਣੀਆਂ ਹੋਈਆਂ, ਮੈਂ ਇਹਨਾਂ ਕਿਸੇ ਵੀ ਕੈਟੇਗਰੀ ਦੇ ਵਿੱਚ ਨਹੀਂ ਹੈਗਾ। ਔਰ ਸ਼ਾਹ ਹੁਸੈਨ ਦੀ ਜਿਹੜੀ ਨਿਗੇਸ਼ਨ ਹੈ, ਸ਼ਾਹ ਹੁਸੈਨ ਦੀ ਜਿਹੜੀ ਆਪਣੇ ਆਪ ਨੂੰ ਬਾਹਰ ਕੱਢਣ ਦੀ, ਇਸ ਸਮਾਜ ਤੋਂ ਬਾਹਰ ਔਰ ਇਸ ਸਮਾਜ ਦੇ ਉਲਟ ਹੋਣ ਦੀ ਜਿਹੜੀ ਹੈ, ਉਹ ਹਰ ਤਰੀਕੇ ਦੇ ਨਾਲ
ਇਹਦੇ ਵਿੱਚ ਉਹਦਾ ਇਜ਼ਹਾਰ ਹੁੰਦਾ ਹੈ। ਮਤਲਬ ਇਹ ਜਿਹੜਾ ਹੈ ਨਾ ਕਿ ਜੀ ਫਿਰ ਅਖੀਰ ਦੇ ਉੱਤੇ ਕਿ ਵੀ ਹੁਣ ਜਿਹੜਾ ਮੈਂ ਜਿਹੜਾ ਮੇਰਾ ਜਿਸ ਤਰ੍ਹਾਂ ਦਾ ਹੋ ਗਿਆ ਜੋ ਮੇਰਾ ਅੰਦਾਜ਼ ਹੈ ਉੱਤੋਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸ਼ਾਹ ਹੁਸੈਨ ਸ਼ਾਇਦ ਪੀਰ ਹੋ ਗਿਆ ਕਿਉਂਕਿ ਸ਼ਾਹ ਹੁਸੈਨ ਦੇ ਪਿੱਛੇ ਮਰੀਜ਼ ਬੜੇ ਨੇ ਅਤੇ ਫਿਰ ਉਹ ਕਹਿੰਦਾ ਕਿ ਸ਼ਾਹ ਹੁਸੈਨ ਫਕੀਰ ਹੈ। ਨਹੀਂ ਉਹ ਤਾਂ ਹਰ ਕਾਫੀ ਔਰ ਤਕਰੀਬਨ ਹਰ ਕਾਫੀ 'ਚ ਉਹਨਾਂ ਨੇ ਇਸਤੇਮਾਲ ਕੀਤਾ ਕਹੇ ਹੁਸੈਨ ਫਕੀਰ ਨੇ ਮਾਣਾ, ਜੋ ਵੀ ਗੱਲ ਹੋ ਰਹੀ ਹੋਏ ਨਾ ਉਹ ਥੱਲੇ ਆ ਕੇ ਕਹੇ ਹੁਸੈਨ ਫਕੀਰ ਨੇ ਮਾਣਾ। ਹਾਂ ਮਤਲਬ ਉਹਨਾਂ ਦੀ ਪੱਕ ਕਰਾਇਆ ਕਿ ਹਰ ਕਾਫੀ ਦੇ ਅਖੀਰ 'ਚ ਕਹੇ ਹੁਸੈਨ ਫਕੀਰ ਨੇ। ਹਾਂ ਮਤਲਬ ਇਹ ਜਿਹੜੀ ਮਾਨਤਾ ਹੈ ਸੋ ਮਤਲਬ ਇਹਦੇ ਵਿੱਚ ਜਿਹੜਾ ਸਮਾਜ ਹੈ ਉਹ ਚੱਲਦਾ ਕਿਵੇਂ ਇਹ ਇਹ ਤੁਸੀਂ ਦੇਖਣਾ ਕਿ ਸਮਾਜ ਚੱਲਦਾ ਕਿਵੇਂ। ਸਮਾਜ ਜਿਹੜਾ ਹੈ ਉਹ ਤਬਕਿਆਂ 'ਤੇ ਸਮਾਜ ਜ਼ਾਤਾਂ ਬਰਾਦਰੀਆਂ 'ਤੇ ਮਜ਼ਹਬਾਂ 'ਤੇ ਉੱਤੇ ਚੱਲਦਾ ਹੈ ਔਰ ਹਰ ਇੱਕ ਬੰਦੇ ਦੀ ਇੱਕ ਆਪਣੀ ਪਛਾਣ ਬਣਦੀ ਹੈ। ਉਹ ਜਿਹੜੀ ਪਛਾਣ ਉਹਦੀ ਬਣਦੀ ਹੈ ਉਹ ਅਸਲ ਉਹਦੀ ਮੈਂ ਵਾਂ, ਉਹਦਾ ਮਾਣ ਹੈ, ਮੈਂ ਹੈ, ਉਹ ਮਾਣ ਹੈ, ਠੀਕ ਹੈ ਨਾ। ਹੁਣ ਉਹ ਜਿਹੜਾ ਮਾਣ ਹੈ ਉਹਨੂੰ ਤੋੜਨਾ, ਉਸ ਮਾਣ ਦੇ ਉਲਟ ਵਗਣਾ ਨਿਮਾਣਤਾ ਹੈ। ਹੱਤਾ ਕਿ ਸ਼ਾਹ ਹੁਸੈਨ ਤਾਂ ਇੱਥੋਂ ਤੱਕ ਜਾਂਦਾ ਹੈ ਕਿ ਦੁਨੀਆਂ ਵਾਲਿਆਂ ਨੂੰ ਦੁਨੀਆਂ ਦਾ ਮਾਣਾ, ਨੰਗਾਂ ਨੂੰ ਨੰਗ ਬਣੀ, ਨਾ ਅਸੀਂ ਨੰਗ ਨਾ ਦੁਨੀਆਂ ਵਾਲੇ ਹੱਸਦੀ ਜਣੀ ਖਣੀ। ਕਿ ਇੱਕ ਪਾਸੇ ਤਾਂ ਦੁਨੀਆਂ ਵਾਲੇ ਨੇ, ਠੀਕ, ਉਹਨਾਂ ਨੂੰ ਦੁਨੀਆਂ ਦਾ ਮਾਣ ਹੈ, ਦੂਜੇ ਪਾਸੇ ਬਿਲਕੁਲ ਨਹੀਂ ਨੰਗੇ ਨੇ ਜਿਹੜੇ ਜੋਗੀ ਵਗੈਰਾ, ਉਹ ਆਪਣੇ ਨੰਗੇ ਹੋਣ 'ਤੇ ਮਾਣ ਕਰ ਰਹੇ ਨੇ, ਉਹ ਵੀ ਇੱਕ ਕੈਟਾਗਰੀ ਬਣ ਚੁੱਕੇ ਨੇ। ਅੱਛਾ, ਉਹ ਵੀ ਮਾਣ ਕਰ ਰਹੇ ਨੇ। ਅੱਛਾ, ਉਹ ਵੀ ਮਾਣ ਕਰ ਰਹੇ, ਕਿਉਂਕਿ ਮੈਨੂੰ ਇਹ ਮੈਨੂੰ ਯਾਦ ਆ ਰਿਹਾ ਸੀ ਕਿ ਅਸੀਂ ਜੋ ਪਹਿਲਾਂ ਵੀ ਇੱਕ ਉਹਦੇ 'ਤੇ ਗੱਲ ਕਰ ਰਹੇ ਸੀ ਅਤੇ ਉਹ ਇਹ ਸੀ ਕਿ ਜੀ ਕਿ ਕੁਝ ਦੇ ਕੋਲ ਲੂਣ ਹੈ, ਕੁਝ ਦੇ ਕੋਲ ਆਟਾ ਹੈ ਅਤੇ ਕੁਝ ਦੇ ਕੋਲ ਲੂਣ ਵੀ ਨਹੀਂ ਹੈ। ਹਾਂ, ਲੇਕਿਨ ਹੁਣ ਇੱਥੇ ਇਹ ਡਿਵੈਲਪ ਇਹ ਹੋ ਗਿਆ ਕਿ ਜਿਹਦੇ ਕੋਲ ਲੂਣ ਹੈ ਉਹ ਉਹਦੇ 'ਤੇ ਵੀ ਉਹਦਾ ਇੱਕੋ ਇੱਕ ਹੈ, ਜਿਹਦੇ ਕੋਲ ਨਹੀਂ ਹੈਗਾ ਜਿਹੜਾ ਨੰਗਾ ਉਹ ਵੀ ਉੱਤੇ ਮਾਣ ਕਰ ਰਿਹਾ ਕਿਉਂਕਿ ਉਹ 'ਚ ਸ਼ੋਰ ਨਹੀਂ ਹੈਗਾ। ਅਤੇ ਉਹ ਕਹਿੰਦਾ ਕਿ ਨਾ ਅਸੀਂ ਨੰਗ ਨਾ ਦੁਨੀਆਂ ਵਾਲੇ, ਨਾ ਤਾਂ ਅਸੀਂ ਨੰਗੇ ਹਾਂ ਨਾ ਦੁਨੀਆਂ ਵਾਲੇ ਹਾਂ, ਦੋਵਾਂ ਵਿੱਚ ਹੀ ਨਹੀਂ ਹੈਗੇ। ਠੀਕ, ਇਸੇ ਲਈ ਹੱਸਦੀ ਜਣੀ ਖਣੀ, ਐਵੇਂ ਜੇ ਬੰਦੇ ਵੀ ਜਿਹੜੇ ਨੇ ਉਹ ਸਾਡੇ ਸਾਡੇ ਨਾਲ ਸਾਡੇ ਉੱਤੇ ਹੱਸਦੇ ਨੇ। ਸੋ ਮਤਲਬ ਕਹਿਣ ਦਾ ਇਹ ਹੈ ਕਿ ਦੂਸ ਇੱਕ ਮਾਣ ਤੋੜ ਕੇ ਨਿਮਾਣਤਾ ਦੀ ਜ਼ਿੰਦਗੀ ਜਿਹੜੀ ਹੈ ਇਹਦੇ ਆਪਣੇ ਡਾਇਨਾਮਿਕਸ ਨੇ। ਇਹ ਹੁਣ ਨਿਮਾਣਤਾ ਦੀ ਜ਼ਿੰਦਗੀ ਜਿਹੜੀ ਹੈ ਇਹ ਇਹ ਜਿਹੜੀ ਹੈ ਮਿਸਾਲ ਦੇ ਤੌਰ ਤੁਸੀਂ ਦੇਖੋ ਕਿ ਆਪਣੇ ਆਪ ਨੂੰ ਜਦੋਂ ਹੁਸੈਨ ਆਪਣੇ ਆਪ ਡਿਫਾਈਨ ਕਰਦਾ, ਅਨੀ ਹੁਸੈਨ ਨੂੰ ਜੁਲਾਇਆ ਨਾ, ਉਸ ਮੂਲ ਨੂੰ ਲਾਇਆ ਨਾ, ਉਹ ਮੰਗਿਆ ਨਾ ਪਰਨਾਇਆ, ਨਾ ਉਸ ਗੰਢ ਨਾ ਸਾਹਾ, ਨਾ ਘਰ ਬਾਰੀ ਨਾ ਮੁਸਾਫਰ, ਨਾ ਉਹ ਮੂਮਨ ਨਾ ਉਹ ਕਾਫਰ, ਜੋ ਆਹਾ ਸੋ ਆਹਾ। ਸੋ ਤੁਸੀਂ ਇਹਦੇ ਵਿੱਚ ਵੇਖੋ ਕਿ ਉਹਨੇ ਜਿੰਨੀਆਂ ਕੈਟੇਗਰੀਜ਼ ਨੇ ਬੰਦੇ ਦੀਆਂ ਹੋ ਸਕਦੀਆਂ ਨੇ, ਜ਼ਾਲਮ ਮਜ਼ਲੂਮ ਫਲਾਣਾ ਟਮਕਾਣਾ, ਉਹਨੇ ਕਿਹਾ ਕਿ ਮੈਂ ਸਾਰਿਆਂ ਵਿੱਚ ਕਿਸੇ ਵਿੱਚ ਵੀ ਨਹੀਂ ਹੈਗਾ, ਮੈਂ ਆਪਣਾ ਆਪ ਆਪ ਹੈ। ਹੁਣ ਸਵਾਲ ਇਹ ਹੈ ਇਹਦੇ 'ਚ ਕਿ ਜਿਹੜੀ ਇਹ ਜਦੋਂ ਤੁਸੀਂ ਮਾਨਤਾ ਨੂੰ ਤੋੜ ਕੇ ਨਿਮਾਨਤਾ ਵੱਲ ਜਾਂਦੇ ਹੋ ਤਾਂ ਉਹ ਜਿਹੜੀ ਖਾਹਿਸ਼ ਹੈ ਉਹ ਕਿਵੇਂ ਜੰਮਦੀ ਹੈ ਔਰ ਉਹਦਾ ਕੀ ਨਾਂ ਦਿੱਤਾ ਜਾਂਦਾ ਹੈ? ਠੀਕ ਹੈ, ਮੇਰੇ ਖਿਆਲ ਦੇ ਵਿੱਚ ਜਿਹੜਾ ਹਿਜਰ ਔਰ ਇਸ਼ਕ ਦਾ ਤਸੱਵਰ ਹੈ ਉਹ ਅਸਲ 'ਚ ਇੱਥੋਂ ਹੀ ਪੈਦਾ ਹੋਇਆ। ਅੱਛਾ, ਕਿਉਂਕਿ ਬੁਨਿਆਦੀ ਤੌਰ 'ਤੇ ਬੰਦਾ ਜਿਹੜਾ ਹੈ ਉਹ ਇਹਨਾਂ ਸਾਰੀਆਂ ਛਾਵਾਂ ਦੇ ਨਾਲ ਨਹੀਂ ਰਹਿਣਾ ਚਾਹੁੰਦਾ, ਇਹਨਾਂ ਸਾਰੀਆਂ ਜਿਹੜੇ ਮੈਂ 'ਚ ਵਲੇਟੇ ਹੋਏ ਮੈਂ ਦੇ ਭਾਰ ਨਾਲ ਦੱਬੇ ਹੋਏ ਬੰਦੇ ਨੇ ਉਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦਾ, ਉਹ ਰਹਿਣਾ ਚਾਹੁੰਦਾ ਬੰਦੇ ਦੇ ਨਾਲ, ਸਿਰਫ ਜਿਹੜਾ ਬੰਦਾ ਹੈ, ਸਿਰਫ ਜਿਹੜਾ ਇਨਸਾਨ ਹੈ, ਸਿਰਫ ਜਿਹੜੀ ਇਨਸਾਨੀ ਰੂਹ ਹੈ, ਉਸ ਇਨਸਾਨੀ ਰੂਹ ਦੀ ਜਿਹੜੀ ਤਾਂਘ ਹੈ, ਉਹਦੇ ਨਾਲ ਮਿਲਣ ਦੀ ਜਿਹੜੀ ਤਾਂਘ ਹੈ,
ਜਿਹੜੀ ਕਿ ਸਮਾਜ 'ਚ ਤੁਹਾਨੂੰ ਨਹੀਂ ਮਿਲਦੀ, ਉਹ ਹੈ ਇਸ਼ਕ। ਉਸ ਦੀ ਤਾਂਘ ਜਿਹੜੀ ਉਹ ਹਿਜਰ ਹੈ। ਠੀਕ ਹੈ, ਤੁਸੀਂ ਦੇਖੋ ਕਿ ਅਸੀਂ ਆਮ ਤੌਰ 'ਤੇ, ਅਸੀਂ ਜਿਹੜੇ ਆਮ ਲੋਕ ਹਾਂ ਨਾ, ਮੈਂ ਵੀ ਉਹਨਾਂ 'ਚ ਸ਼ਾਮਿਲ ਹੈ, ਮੈਂ ਵੀ ਆਮ ਬੰਦਾ ਹੀ ਹਾਂ, ਅਸੀਂ ਜਿਹੜੇ ਆ ਨਾ, ਅਸੀਂ ਜਦੋਂ ਵੀ ਕਿਸੇ ਸ਼ਾਇਰ ਦੀ, ਵੱਡੇ ਸ਼ਾਇਰ ਦੀ ਜਾਂ ਕਿਸੇ ਵੱਡੇ ਲਿਖਾਰੀ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਜਿਹੜਾ ਇਸ਼ਕ ਦਾ ਤਸੱਵਰ ਦੇਖਦੇ ਹਾਂ ਵਾਰ ਵਾਰ, ਅਤੇ ਅਸੀਂ ਉਹਦੀ ਕੋਈ ਕਹਾਣੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਸ਼ਿਵ ਕੁਮਾਰ ਬਟਾਲਵੀ ਹੈ ਤਾਂ ਅਸੀਂ ਕਿਵੇਂ ਉਹਨੂੰ ਫਲਾਣੀ ਕਿਸੇ ਕੁੜੀ ਦੇ ਨਾਲ ਇਸ਼ਕ ਸੀ ਜਿਹਦੇ ਵਿੱਚ ਉਹਨੇ ਲਿਖਿਆ। ਠੀਕ ਹੈ, ਵੈਸੇ ਉਹਦੇ ਕੋਲ ਸ਼ਿਵ ਕੁਮਾਰ ਬਟਾਲਵੀ ਕੋਲ ਪੁੱਛਿਆ ਵੀ ਸੀ, ਉਹਨੇ ਇਨਕਾਰ ਕਰਤਾ, ਉਹਨੇ ਕਿਹਾ ਸੀ, ਉਹਨੇ ਕਿਹਾ ਇਹ ਇੰਜ ਨਹੀਂ ਹੈਗਾ, ਉਹਨੇ ਕੋਲ ਸਹੀ ਗੱਲ ਕੀਤੀ ਸੀਗੀ ਕਿ ਇਹ ਜਿਹੜਾ ਹਿਜਰ ਦਾ ਤਸੱਵਰ ਹੈ ਔਰ ਇਹ ਜਿਹੜਾ ਇਸ਼ਕ ਦਾ ਤਸੱਵਰ ਹੈ, ਦੂਜੇ ਬੰਦੇ ਦੇ ਨਾਲ ਮਿਲਣ ਦਾ ਤਸੱਵਰ ਹੈ, ਇਹ ਬਿਲਕੁਲ ਵੱਖਰਾ ਹੈ। ਕਿਉਂਕਿ ਜਿਹੜਾ ਆਮ ਬੰਦਾ ਹੈ, ਜਿਹੜਾ ਆਮ ਬੰਦਾ ਹੈ, ਉਹਦੀ ਹਾਲਤ ਇਹ ਹੈ ਕਿ ਉਹਨੂੰ ਉਹਦੇ ਬਾਰੇ 'ਚ ਸ਼ਾਹ ਹੁਸੈਨ ਦੀ ਕਾਫੀ, ਇਹ ਬੜੀ ਅੱਛੀ ਕਾਫੀ ਹੈ, ਉਹ ਕਾਫੀ ਹੈਗੀ ਹੈ ਕਿ ਕਿਹੜੀ ਕਾਫੀ ਹੈ, ਮੀਆਂ ਗੱਲ ਸੁਣੀ ਨਾ ਜਾਂਦੀ ਸੱਚੀ, ਮੀਆਂ ਗੱਲ ਸੁਣੀ ਨਾ ਜਾਂਦੀ ਸੱਚੀ, ਸੱਚੀ ਗੱਲ ਸੁਣੀਵੇਂ ਕਿਉਂ ਕਰ, ਕੱਚੀ ਹੱਡਾਂ ਵਿੱਚ ਰੱਚੀ, ਸੱਚੀ ਗੱਲ ਸੁਣੀ ਤਿਨਾਹ ਚਿਣਕ ਜਿੰਦਾ ਤਨ ਮੱਚੀ, ਕਹੇ ਹੁਸੈਨ ਸੁਹਾਗਣ ਸੋਈ ਜੋ ਸਿਰ ਥੀ ਵਾਂਦੀ ਨੱਚੀ। ਮਤਲਬ ਇਹ ਹੈ ਕਿ ਮੀਆਂ ਗੱਲ ਜਿਹੜੀ ਹੈ ਲੋਕਾਂ ਨੂੰ ਸੱਚ ਸੁਣਨ ਦੇ, ਲੋਕ ਸੱਚ ਸੁਣਨ ਜੋਗੇ ਹੀ ਨਹੀਂ ਹੈਗੇ। ਇਹ ਕਿਉਂ ਨਹੀਂ ਜੋਗੇ, ਇਸ ਵਜ੍ਹਾ ਹੈਗੇ ਕਿ ਕੱਚੀਆਂ ਗੱਲਾਂ ਉਹਨਾਂ ਦੇ ਹੱਡਾਂ ਦੇ ਵਿੱਚ ਇੰਝ ਰਚ ਗਈਆਂ ਨੇ, ਉਸਾਰ ਨਹੀਂ ਸਕਦੇ ਕਿ ਉਹ ਹੁਣ ਨਹੀਂ, ਉਹਨਾਂ ਨੂੰ ਸੁਣਦੀ ਹੀ ਨਹੀਂ ਹੈ, ਸੱਚੀ ਗੱਲ ਸੁਣਦੀ ਹੀ ਨਹੀਂ ਹੈ, ਕੰਨਾਂ ਤੋਂ ਲੰਘ ਜਾਂਦੀ ਹੈ, ਜੋ ਕੱਚੀਆਂ ਜਿਹੜੀਆਂ ਉਹ ਰਚ ਗਈਆਂ ਨੇ। ਇਹਦੇ ਵਿੱਚ ਤੁਸੀਂ ਦੇਖੋ ਕਿ ਸ਼ਾਹ ਹੁਸੈਨ ਜਿਹੜਾ ਹੈ ਉਹ ਦੁਨੀਆਂ ਨੂੰ ਨਿੰਦਾ ਵੀ ਨਹੀਂ ਹੈ। ਠੀਕ ਹੈ, ਦੁਨੀਆਂ ਨੂੰ ਨਿੰਦਾ ਵੀ ਨਹੀਂ ਹੈ, ਬਿਲਕੁਲ ਠੀਕ, ਦੁਨੀਆਂ ਨੂੰ ਇਹ ਵੀ ਨਹੀਂ ਕਹਿੰਦਾ ਕਿ ਤੁਸੀਂ ਮਤਲਬ ਗੁਨਾਹਗਾਰ ਹੋ, ਫਤਵਾ ਵੀ ਨਹੀਂ ਲਾਉਂਦਾ ਉਹਨਾਂ ਉੱਤੇ। ਮਿਸਾਲ ਦੇ ਤੌਰ 'ਤੇ ਪਿਆਰੇ ਲਾਲ ਕਿਆ ਭਰਵਾਸਾ ਦਮ ਦਾ, ਉੱਡਿਆ ਬੋਰ ਥਿਆ ਪਰਦੇਸੀ ਅੱਗੇ ਰਾਹ ਗਮਦਾ, ਕੂੜੀ ਦੁਨੀਆ ਕੂੜ ਪਸਾਰਾ ਜਿਉਂ ਮੋਤੀ ਸ਼ਬਨਮ ਦਾ। ਇਹ ਕੂੜੀ ਦੁਨੀਆ ਕੂੜ ਪਸਾਰਾ ਜਿਹੜਾ ਹੈਗਾ ਇਹ ਸ਼ਬਨਮ ਦੇ ਮੋਤੀ ਤਰ੍ਹਾਂ ਹੈ, ਯਾਨੀ ਮੋਤੀ ਖੂਬਸੂਰਤ ਵੀ ਹੈ ਲੇਕਿਨ ਉਹਦੀ ਉਮਰ ਕੋਈ ਨਹੀਂ ਹੈਗੀ, ਥੋੜ੍ਹੀ ਜਿਹੀ ਧੁੱਪ ਚੜ੍ਹੀ ਤਾਂ ਉਹਨੇ ਚਲੇ ਜਾਣਾ। ਕਹਿਣ ਦਾ ਮਤਲਬ ਇਹ ਹੈ ਕਿ ਸ਼ਾਹ ਹੁਸੈਨ ਦੁਨੀਆ ਦੀ ਜਿਹੜੀ ਇੱਕ ਹੋਰ ਕਾਫੀ, ਸ਼ਾਹ ਹੁਸੈਨ ਕਹਿੰਦਾ ਹੈ, ਕਹੇ ਹੁਸੈਨ ਫਕੀਰ ਨਵਾਣਾ ਦੁਨੀਆ ਗਈ ਅਧੂਰੀ ਨਹੀਂ, ਦਿਲ ਦਰਦਾਂ ਕੀਤੀ ਪੂਰੀ ਨਹੀਂ, ਦਿਲ ਦਰਦਾਂ ਕੀਤੀ ਪੂਰੀ, ਕਹੇ ਹੁਸੈਨ ਫਕੀਰ ਨਵਾਣਾ ਦੁਨੀਆ ਗਈ ਅਧੂਰੀ ਨਹੀਂ। ਮਤਲਬ ਸ਼ਾਹ ਹੁਸੈਨ ਨੂੰ ਲੋਕਾਂ ਦੇ ਕੱਚ, ਲੋਕਾਂ ਦੇ ਅੱਧੇ ਹੋਣ 'ਤੇ, ਲੋਕਾਂ ਦੇ ਉੱਤੇ ਇੱਕ ਤਰ੍ਹਾਂ ਦਾ ਇੱਕ ਤਰਸ ਹੈ ਉਹਦਾ, ਔਰ ਉਹ ਉਹਨੂੰ ਕੰਡੈਮ ਨਹੀਂ ਕਰਦਾ ਬਲਕਿ ਉਹਨੂੰ ਉਹ ਐਜ਼ ਇਟ ਇਜ਼ ਐਕਸੈਪਟ ਕਰਦਾ ਹੈ ਕਿ ਇਹ ਇੰਜ ਹੈ। ਠੀਕ ਹੈ, ਲੇਕਿਨ ਉਹਦੇ ਅੰਦਰ ਜਿਹੜੇ ਅਸੀਂ ਹਾਂ, ਜਿਹੜੇ ਅਸੀਂ ਸ਼ਾਹ ਹੁਸੈਨ ਹਾਂ, ਅਸੀਂ ਨੈਣਾਂ ਦੇ ਆਖੇ ਲੱਗੇ ਹਾਂ, ਨਹੀਂ ਸਹੀ ਹੋ, ਅਸੀਂ ਨੈਣਾਂ ਦੇ ਆਖੇ ਲੱਗੇ। ਮਤਲਬ ਤੁਸੀਂ ਦੋ ਗੱਲਾਂ ਦੇ ਆਖੇ ਲੱਗ ਸਕਦੇ ਸਰ, ਇੱਕ ਤਾਂ ਉਹ ਜਿਹੜਾ ਸਮਾਜ ਨੇ ਤੁਹਾਨੂੰ ਦੱਸਿਆ, ਠੀਕ ਹੈ, ਜਾਂ ਮੁੱਲਾਂ ਕਾਜ਼ੀ ਮਤੀ ਦਿੰਦੇ, ਠੀਕ ਹੈ, ਖੜ੍ਹੇ ਸਿਆਣੇ ਰਾਹ ਸਜੀਂਦੇ, ਇਸ਼ਕ ਹੀ ਲੱਗੇ ਰਾਹ ਦੇ ਨਾਲ। ਠੀਕ, ਠੀਕ ਹੈ, ਸੋ ਮਤਲਬ ਇੱਕ ਪਾਸੇ ਤਾਂ ਉਹ ਹੈ, ਦੂਜੇ ਪਾਸੇ ਨੈਣ ਲੱਗ ਗਏ ਨੇ। ਅੱਛਾ, ਜਿਹੜਾ ਨੈਣਾਂ ਵਾਲਾ ਕਾਨਸੈਪਟ ਹੈ, ਅਸੀਂ ਨੈਣਾਂ ਦੇ ਆਖੇ ਲੱਗੇ, ਨੈਣ ਅਗਰ ਤੁਹਾਡੇ ਆਪਣੇ ਨੇ, ਇਹ ਬੜਾ ਇੱਕ ਸੈਲਫ ਐਕਸਪੀਰੀਅੰਸ ਹੈ, ਇਹ ਕਿਸੇ ਨੇ ਤੁਹਾਨੂੰ ਕਿਹਾ ਨਹੀਂ ਇਹ ਵੇਖ, ਠੀਕ ਹੈ, ਜਾਂ ਤੁਹਾਨੂੰ ਕਿਹਾ ਨਹੀਂ ਕਿ ਇਹਨੂੰ ਪਸੰਦ ਕਰ, ਜੇ ਅਗਰ ਕਿਹਾ
ਇਹ ਉਹ ਹੈ ਕਿ ਜੋ ਬੰਦਾ ਆਪ ਤਜਰਬਾ ਕਰ ਰਿਹਾ ਨਾ, ਆਪ ਦੇਖ ਰਿਹਾ ਉਹਨੂੰ ਕੁਛ ਹੈ ਅੱਛੀ ਲੱਗ ਗਈ ਹੈ, ਆਪ ਤਜਰਬਾ ਕਰ ਰਿਹਾ ਉਹਨੂੰ ਕੋਈ ਕੁਛ ਬਿਲਕੁਲ ਬਿਲਕੁਲ ਐਗਜੈਕਟਲੀ ਮੈਂ ਇਹ ਕਹਿ ਰਿਹਾ ਕਿ ਬਾਕੀ ਜਿਹੜਾ ਸਮਾਜ ਹੈ ਉਹ ਤਾਂ ਤੁਹਾਨੂੰ ਆਪਣੀ ਅੱਖ ਨਾਲ ਚਾਹੁੰਦਾ ਨਾ ਕਿ ਤੁਸੀਂ ਚੀਜ਼ਾਂ ਨੂੰ ਵੇਖੋ, ਦੇਖੋ ਔਰ ਉਹ ਹੋ ਸਕਦਾ ਕਿ ਅੱਛੀ ਨਾ ਹੋਵੇ। ਅੱਛਾ ਤੁਹਾਡੇ ਲਈ ਕਾਜ਼ੀ ਅਤੇ ਮੁੱਲਾਂ ਕਹਿ ਰਹੇ ਨੇ ਉਹਨਾਂ ਦੀ ਅੱਖ ਨਾਲ ਵੇਖੋ ਦੁਨੀਆ ਨੂੰ, ਠੀਕ ਹੈ। ਜ਼ਾਤ ਬਰਾਦਰੀ ਕਹਿ ਰਹੀ ਹੈ ਉਹਨਾਂ ਦੀ ਅੱਖ ਨਾਲ ਵੇਖੋ, ਆਪਣਾ ਤਬਕੇ ਕਹਿ ਰਹੇ ਨੇ ਉਹਨਾਂ ਦੀ ਅੱਖ ਨਾਲ ਵੇਖੋ, ਤੁਸੀਂ ਕਹਿੰਦੇ ਹੋ ਨਹੀਂ ਮੈਂ ਆਪਣੀ ਅੱਖ ਨਾਲ ਵੇਖਣਾ, ਔਰ ਉਹ ਜਿਹੜੀ ਅੱਖ ਨੇ ਜਿਵੇਂ ਵੇਖਿਆ ਮੈਂ ਉਹਦੇ ਉੱਤੇ ਚੱਲਣਾ। ਸੋ ਅਸੀਂ ਨਿਆਣਾ ਦੇ ਆਖੇ ਲੱਗੇ, ਕਾਲੇ ਪੱਟ ਨਾ ਚੜ੍ਹੇ ਸਫੈਦੀ, ਕਾਗ ਨਾ ਥੀਂਦੇ ਬੱਗੇ। ਯਾਨੀ ਮਤਲਬ ਕਾਲੇ ਪੱਟ ਦੇ ਉੱਤੇ ਜਿਹੜਾ ਕਾਲਾ ਰੇਸ਼ਮ ਹੈ ਉਹਦੇ ਤੋਂ ਸਫੈਦੀ ਨਹੀਂ ਚੜ੍ਹਦੀ, ਤਾਂ ਬੱਗੇ ਨਹੀਂ ਹੁੰਦੇ, ਚਿੱਟੇ ਨਹੀਂ ਹੋ ਸਕਦੇ। ਠੀਕ ਹੈ, ਸ਼ਾਹ ਹੁਸੈਨ ਸ਼ਹਾਦਤ ਪਾਇਣ ਜੋ ਮਰਨ ਮਿੱਤਰਾਂ ਦੇ ਅੱਗੇ, ਠੀਕ। ਇਹਦੇ ਵਿੱਚ ਵੀ ਤੁਸੀਂ ਦੇਖੋ ਕਿ ਜਦੋਂ ਨਿਗਾਹਾਂ ਜਿੰਨਾ ਪਾਕ ਨਿਗਾਹਾਂ ਹੋਈਆਂ ਸਹਿ ਕਹੀਂ ਨਾ ਜਾਂਦੇ ਠੱਗੇ, ਨਹੀਂ ਸਹੀ ਹੋ ਅਸੀਂ ਨਾਰਾਂ ਦੇ ਆਖੇ ਲੱਗੇ, ਜਿੰਨਾ ਪਾਕ ਨਿਗਾਹਾਂ ਹੋਈਆਂ ਸਹਿ ਕਹੀਂ ਨਾ ਜਾਂਦੇ ਠੱਗੇ। ਹੁਣ ਜਿਹੜੀਆਂ ਪਾਕ ਨਿਗਾਹਾਂ ਹੋ ਗਈਆਂ ਨੇ ਜਿਨ੍ਹਾਂ ਨੇ ਸੱਚ ਨੂੰ ਵੇਖ ਲਿਆ ਉਹ ਹੁਣ ਠੱਗੇ ਨਹੀਂ ਜਾ ਸਕਦੇ। ਸੋ ਮਤਲਬ ਇਹ ਹੈ ਕਿ ਇਹ ਇੱਕ ਨਵਾਂ ਜੀਵਨ ਹੈ ਜਿਹੜਾ ਕਿ ਪਹਿਲੇ ਜੀਵਨ ਨੂੰ ਛੱਡ ਕੇ, ਪਹਿਲੇ ਜੀਵਨ ਨੂੰ ਨਿਗੇਟ ਕਰਕੇ ਤੁਸੀਂ ਉਸ ਨਵਾਂ ਜੀਵਨ ਜਿਹੜਾ ਉਹ ਜਿਹੜਾ ਉਹਨੂੰ ਉਹ ਸ਼ੁਰੂ ਕਰਦੇ ਹੋ, ਕਿਉਂਕਿ ਉਹਦੇ ਵਿੱਚ ਤੁਹਾਡਾ ਕੰਸਰਨ ਕੋਈ ਨਹੀਂ ਹੋਵੇਗਾ ਨਾ ਦੂਸਰੇ ਉਸਦੇ ਨਾਲ ਲੱਗਣ, ਠੀਕ ਹੈ। ਇਸ ਲਈ ਤੁਸੀਂ ਛੱਡ ਦਿੰਦੇ ਨਾ, ਤੁਸੀਂ ਜਦੋਂ ਆਪਣਾ ਆਪ ਛੱਡ ਤਿਆ ਤਾਂ ਫਿਰ ਤੁਹਾਨੂੰ ਕਿਸੇ ਹੋਰ ਦੀ, ਕਿਸੇ ਆਪਣੇ ਇਰਦ ਗਿਰਦ ਜਿਹੜਾ ਮਾਹੌਲ ਹੈ, ਜੋ ਸੁਸਾਇਟੀ ਤੁਹਾਨੂੰ ਦੱਸਣਾ ਚਾਹ ਰਹੀ ਹੈ, ਕਹਿਣਾ ਚਾਹ ਰਹੀ ਹੈ, ਪੁਸ਼ ਕਰ ਰਹੀ ਹੈ, ਤੁਹਾਡਾ ਉਹਦੇ ਨਾਲ ਵੀ ਕੋਈ ਕੰਸਰਨ ਨਹੀਂ ਫਿਰ ਰਹੇਗਾ। ਹਾਂ, ਮੈਂ ਹੁਣ ਇਹਨੂੰ ਥੋੜ੍ਹਾ ਗੱਲ ਨੂੰ ਅੱਗੇ ਵਧਾਉਣਾ ਚਾਹ ਰਿਹਾ, ਮੈਂ ਇੱਕ ਸੈਕਿੰਡ ਪਾਰਟ ਆਉਣਾ ਚਾਹ ਰਿਹਾ ਕਿ ਇੱਕ ਤਾਂ ਪਾਰਟ ਹੋ ਗਿਆ ਜਿਸ ਨੇ ਸੁਸਾਇਟੀ ਨੂੰ ਡਿਵਾਈਡ ਕੀਤਾ, ਲੋਕਾਂ ਨੂੰ ਡਿਵਾਈਡ ਕੀਤਾ, ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਕਰੈਕਟਰਿਸਟਿਕਸ ਕੀ ਨੇ, ਔਰ ਫਿਰ ਕਿਹਾ ਕਿ ਨਾ ਮੈਂ ਇਹਦੇ 'ਚ ਆਉਣਾ, ਮੈਂ ਉਹਦੇ 'ਚ। ਲੇਕਿਨ ਇਟ ਦੱਸ ਅੱਛਾ ਫਿਰ, ਔਰ ਮੇਜਰਲੀ ਉਹਨਾਂ ਤੋਂ ਆਇਆ ਸੀ ਕਿ ਜੀ ਮੇਰਾ ਦੁਨੀਆ ਦੇ ਨਾਲ ਕੋਈ ਲੈਣ ਦੇਣ ਹੈ ਹੀ ਨਹੀਂ। ਇਸ ਤੋਂ ਬਾਵਜੂਦ ਉਹਨਾਂ ਨੇ ਇੱਕ ਬੜੀ ਮਾਰਕਸਿਸਟ ਕਿਸਮ ਦੀ ਇੱਕ ਅਪਰੋਚ ਵੀ ਪੂਰੀ ਉਹਦੇ 'ਚ ਜਿਹੜੀ ਹੈ ਨਾ ਰਮਜ਼ ਪੂਰੀ ਕਾਫੀਆ 'ਚ ਆਪਣੇ ਸ਼ਾਇਰੀ 'ਚ ਰੱਖੀ ਹੈ, ਜੋ ਕਿ ਮੇਰਾ ਖਿਆਲ ਹੈ ਕਿ ਅਸੀਂ ਪਿਛਲੀ ਵਾਰੀ ਗੱਲ ਕਰਨ ਲੱਗੇ ਸਰ, ਫਿਰ ਨਹੀਂ ਹੋ ਸਕੀ, ਅਤੇ ਮੈਂ ਚਾਹ ਰਿਹਾ ਕਿ ਹੁਣ ਅਸੀਂ ਉਹਦੇ 'ਤੇ ਗੱਲ ਕਰ ਲਈਏ ਕਿ ਉਹਨਾਂ ਨੇ ਕਿਹਾ ਕਿ ਇਹ ਸਿਰਫ ਇਹ ਹੈ ਕਿ ਇਹ ਜਿਹੜੀ ਸੁਸਾਇਟੀ ਹੈ ਸਿਰਫ ਉਹਨੂੰ ਹੀ ਸਾਡੀ ਲੋੜ ਨਹੀਂ ਹੈ, ਜਾਂ ਸਾਨੂੰ ਉਹਨਾਂ ਦੀ ਲੋੜ ਨਹੀਂ ਹੈ, ਉਹਨਾਂ ਨੂੰ ਵੀ ਸਾਡੀ ਲੋੜ ਹੈ। ਔਰ ਉਹਦੇ 'ਚ ਉਹ ਜਿਹੜੀ ਨਿਗੇਸ਼ਨ ਹੈ ਉਹਦੇ 'ਚ ਇਹ ਵੀ ਹੈ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹ ਖਰੀਦੀਏ ਜਾਂ ਅਸੀਂ ਇਹ ਕਰੀਏ, ਤਾਂ ਅਸੀਂ ਇਹ ਕਹਿੰਦੇ ਹਾਂ ਕਿ ਸਾਨੂੰ ਇਹ ਨਹੀਂ ਚਾਹੀਦਾ। ਹਾਂ, ਮਤਲਬ ਇਹ ਹੈ ਕਿ ਜਦੋਂ ਤੁਸੀਂ ਸੁਸਾਇਟੀ 'ਚੋਂ ਜੇ ਤੁਸੀਂ ਕੰਜ਼ਿਊਮਰ ਨਹੀਂ ਰਹਿੰਦੇ, ਜੇ ਤੁਸੀਂ ਇਹ ਸੁਸਾਇਟੀ ਦੇ ਕੰਜ਼ਿਊਮਰ ਨਹੀਂ ਰਹਿੰਦੇ ਤਾਂ ਪ੍ਰੋਡਿਊਸਰ ਵੀ ਨਹੀਂ ਰਹਿ ਸਕਦੇ। ਸੋ ਜੇ ਮੈਂ ਲੈਵਿਸ ਜੀਨ ਨਹੀਂ ਪਾਉਂਦਾ, ਠੀਕ ਹੈ, ਜੇ ਮੈਂ ਇਨਕਾਰ ਕਰ ਦਿੰਦਾ ਤਾਂ ਕਮ ਅਜ਼ ਕਮ ਇੱਕ ਗਾਹਕ ਉਹਨਾਂ ਦਾ ਘਟਿਆ, ਅਤੇ ਜੇ 10 ਗਾਹਕ ਘੱਟ ਗਏ ਤਾਂ ਹੋ ਸਕਦਾ ਉਹ ਲੱਖ ਗਾਹਕ ਘੱਟ ਗਏ ਤਾਂ ਹੋ ਸਕਦਾ ਘਾਟੇ ਚੱਲ ਜਾਣ। ਸੋ ਮਤਲਬ ਇਹ ਹੈ ਕਿ ਬਾਈ ਨਾਟ ਪਾਰਟੀਸਪੇਟਿੰਗ ਇਨ ਦਾ ਸੁਸਾਇਟੀ ਐਜ਼ ਦਾ ਸੁਸਾਇਟੀ ਵਾਂਟਸ ਯੂ ਟੂ ਪਾਰਟੀਸਪੇਟ। ਹੁਣ ਇਹਦੇ 'ਚ ਵੈਸੇ ਆਮ ਤੌਰ ਦੇ ਉੱਤੇ ਇਹ ਕਿਹਾ ਜਾਂਦਾ ਹੈ ਕਿ ਬਈ ਇਸੇ ਵਾਸਤੇ ਸ਼ਾਹ ਹੁਸੈਨ ਨੇ ਕਿਹਾ ਕਿ ਨੰਗਾਂ ਨੂੰ ਨੰਗ ਬਣੀ, ਨਾ ਅਸੀਂ ਦੁਨੀਆ ਵਾਲੇ ਹਾਂ ਨਾ ਨੰਗਾਂ ਦੇ ਵਿੱਚ ਹੈ, ਕਿਉਂਕਿ ਸ਼ਾਹ ਹੁਸੈਨ ਇਹ ਨਹੀਂ ਸੀ ਕਹਿਣਾ ਚਾਹੁੰਦਾ ਕਿ ਉਹ ਜਿਹੜੀ ਅਸੀਂ ਉਸ ਗੱਲ ਨੂੰ ਵੱਲ ਨਾ ਚਲੇ ਜਾਈਏ ਕਿ ਕੋਈ ਸੁਸਾਇਟੀ ਤੋਂ ਬਾਹਰ ਬੈਠਾ ਹੈ, ਉਹ ਸੁਸਾਇਟੀ ਦੇ ਅੰਦਰ ਹੀ ਹੈ, ਠੀਕ ਹੈ, ਸਿਰਫ ਸੁਸਾਇਟੀ ਦੇ ਅੰਦਰ ਰਹਿ ਕੇ ਇੱਕ ਡਿਫਰੈਂਟ ਐਟੀਚਿਊਡ ਦੇ ਨਾਲ ਜ਼ਿੰਦਗੀ ਗੁਜ਼ਾਰ ਰਿਹਾ। ਹੁਣ ਅਗਰ ਫਰਜ਼ ਕਰੋ ਅਸੀਂ ਇਹ ਕਹੀਏ ਕਿ ਜੀ ਸ਼ਾਹ ਹੁਸੈਨ ਕਰਦਾ ਕੀ ਸੀ, ਉਹ ਕੱਪੜਾ ਬੁਣਦਾ ਸੀ, ਉਹ ਕੋਈ ਵਾਹੀ ਕਰਦਾ ਸੀ, ਉਹ ਕੋਈ ਇਸ ਤਰ੍ਹਾਂ ਦੇ ਕੰਮ ਕਰਦਾ ਸੀ, ਅਤੇ ਮੇਰਾ ਮੈਂ ਇਹ ਕਹਾਂਗਾ ਕਿ ਪਹਿਲੀ ਗੱਲ ਤਾਂ ਹੈ ਕਿ 30-33 ਸਾਲ ਦੀ ਉਮਰ ਤੱਕ ਜਿਹੜਾ ਹੈ ਅਜੇ ਉਹ ਇਸ ਰੰਗ ਵਿੱਚ ਨਹੀਂ ਸੀ ਆਇਆ, ਉਹ ਮਦਰਸਿਆਂ 'ਚ ਪੜ੍ਹ ਰਿਹਾ ਸੀ, ਸਕੂਲ 'ਚ ਪੜ੍ਹ ਰਿਹਾ ਸੀ। ਉਹ ਮੈਂ ਪਿਛਲੀ ਵਾਰੀ ਭੁੱਲ ਗਿਆ ਸਾਂ ਕਿ ਸ਼ੇਖ ਸਾਦੁੱਲਾ ਜਿਹੜਾ ਉਸ ਵੇਲੇ ਦਾ ਲਾਹੌਰ ਦਾ ਸਭ ਤੋਂ ਵੱਡਾ ਉਸਤਾਦ ਸੀ, ਉਹਦੇ ਕੋਲ ਪੜ੍ਹਿਆ ਸੀ। ਮਤਲਬ ਇਹ ਹੈ ਕਿ ਉਹ ਸਾਰਾ ਵੇਲਾ ਉਹ ਤਾਂ ਨਹੀਂ ਕਰਦਾ ਹੋਣਾ, ਮੈਂ ਅਗਰ ਤੁਸੀਂ ਸਬਰ 'ਚ ਲਿਆਓ ਤਾਂ ਉਹਦਾ ਪਿਓ ਜੁਲਾਇਆ ਸੀ, ਠੀਕ ਹੈ, ਜ਼ਾਹਰ ਗੱਲ ਹੈ ਕਿ ਸ਼ਾਹ ਹੁਸੈਨ ਵੀ ਆਪਣੇ ਪਿਓ ਦੇ ਨਾਲ ਕੰਮ ਕਰਵਾਉਂਦਾ ਹੋਏਗਾ ਅਤੇ ਉਹਨੇ ਉਹ ਵੀ ਸਾਰੇ ਕਸਬ ਕੀਤੇ ਹੋਣਗੇ,
ਠੀਕ ਹੈ, ਇਹ ਤਾਂ ਬਹੁਤ ਹੀ ਆਸਾਨੀ ਦੇ ਨਾਲ ਅਸੀਂ ਸਮਝ ਸਕਦੇ। ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੇ ਸੋਚਣ ਸਮਝਣ ਵਾਲੇ ਲਿਖਣ ਵਾਲੇ ਲੋਕ ਹੁੰਦੇ ਨੇ ਉਹ ਫੁੱਲ ਟਾਈਮ ਉਹ ਕੰਮ ਕਰਦੇ ਨੇ, ਉਹਨਾਂ ਦਾ ਉਹ ਕੰਮ ਹੁੰਦਾ ਹੈ। ਮਤਲਬ ਇੱਕ ਨਾਵਲਿਸਟ ਹੈ, ਇੱਕ ਫਿਲਾਸਫਰ ਹੈ, ਇੱਕ ਕੁਝ ਹੈ, ਉਹ ਫੁੱਲ ਟਾਈਮ ਉਹ ਕੰਮ ਕਰਦੇ ਨੇ। ਔਰ ਉਹ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਚੂੰਕਿ ਹੜ ਨਹੀਂ ਆਉਂਦੇ ਇਸ ਵਾਸਤੇ ਉਹ ਕੰਮ ਕੋਈ ਨਹੀਂ ਕਰ ਰਹੇ, ਕੰਮ ਤਾਂ ਕਰ ਰਹੇ ਨੇ, ਕਿਉਂਕਿ ਉਹ ਦੁਨੀਆ ਦੇ ਵਾਸਤੇ ਜਿਹੜੀ ਸਭ ਤੋਂ ਜਿਹੜੀ ਉੱਚੀ ਸ਼ੈ ਵਾ ਉਹ ਪ੍ਰੋਡਿਊਸ ਕਰ ਰਹੇ ਨੇ, ਉਹ ਹੈ ਆਈਡੀਆਜ਼। ਉਹ ਆਈਡੀਆਜ਼ ਦੇ ਪ੍ਰੋਡਿਊਸਰ ਨੇ। ਦੁਨੀਆ ਤੋਂ ਬਾਹਰ ਨਿਕਲਣ ਦਾ ਮਤਲਬ ਇਹ ਹੈ ਕਿ ਤੁਸੀਂ ਫਿਰ ਦੁਨੀਆ ਦੇ ਬਾਰੇ ਦੁਨੀਆ ਲਈ ਆਈਡੀਆਜ਼ ਵੀ ਪੈਦਾ ਨਾ ਕਰੋ। ਠੀਕ ਹੈ, ਬਿਲਕੁਲ ਕੱਟ ਜਾਓ ਨਾ, ਖਤਮ ਕੱਟ ਜਾਓ, ਖਤਮ। ਇਹ ਤਾਂ ਖਤਮ ਨਹੀਂ ਨਾ, ਨਹੀਂ ਹੋ ਸਕਦਾ, ਇਹ ਤਾਂ ਦੁਨੀਆ ਨਾਲ ਗੱਲ ਹੋ ਰਹੀ ਹੈ। ਠੀਕ ਹੈ, ਇਹ ਤਾਂ ਦੁਨੀਆ ਨਾਲ ਡਾਇਲੋਗ ਹੋ ਰਿਹਾ ਕਿ ਵੀ ਜਿਉਣ ਦੇ ਜਿਹੜੇ ਢੰਗ ਨੇ ਉਹ ਕਈ ਢੰਗ ਨੇ, ਔਰ ਮੈਂ ਸਮਝਦਾ ਕਿ ਇਹ ਢੰਗ ਜਿਹੜਾ ਇਹ ਬਿਹਤਰ ਢੰਗ ਹੈ। ਇਸ ਵਾਸਤੇ ਤੁਸੀਂ ਦੁਨੀਆ ਦੇ ਵਿੱਚ ਰਹਿ ਕੇ ਦੁਨੀਆ ਦੇ ਨਾਲ ਡਾਇਲੋਗ ਕਰ ਸਕਦੇ ਹੋ ਨਾ। ਅੱਛਾ, ਉਹ ਜਿਹੜਾ ਢੰਗ ਹੈ ਉਹ ਨਾ ਨੰਗ ਚ ਹੈ ਤੇ ਨਾ ਜਿਹੜੇ ਉਹ ਹੈ ਨਾ ਉਹ ਨਾ ਚ ਹੈ, ਇਹ ਤੀਜਾ ਢੰਗ ਹੈ, ਇੱਕ ਤੀਜਾ ਢੰਗ ਹੈ। ਇਹਦਾ ਮਤਲਬ ਇਹ ਹੈ ਕਿ ਇਹ ਨਾ ਪ੍ਰੋਡਿਊਸਰ ਚ ਨਾ ਕੰਜ਼ਿਊਮਰ ਚ। ਹਾਂਜੀ, ਇਹਦਾ ਮਤਲਬ ਇਹ ਹੈ ਕਿ ਤੁਸੀਂ ਕੁਝ ਵੀ ਹੋ ਸਕਦੇ ਹੋ, ਲੇਕਿਨ ਉਹਦੇ ਚ ਸਵਾਲ ਇਹ ਪੈਦਾ ਹੁੰਦਾ ਹੈ, ਹਾਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਤੁਹਾਡਾ ਜ਼ਿੰਦਗੀ ਦਾ ਗੁਜ਼ਾਰਨ ਦਾ ਐਟੀਚਿਊਡ ਕੀ ਹੈ, ਕਿਸ ਹਵਾਲੇ ਨਾਲ ਜ਼ਿੰਦਗੀ ਗੁਜ਼ਾਰ ਰਹੇ ਹੋ। ਕਿਆ ਮਤਲਬ ਤੁਸੀਂ ਇੱਕ ਜੁਲਾਈ ਵੀ ਹੋ ਸਕਦੇ ਹੋ, ਤੁਸੀਂ ਇੱਕ ਆਪਣਾ ਕੋਈ ਹੋਰ ਕਾਰੋਬਾਰ ਵੀ ਕਰ ਸਕਦੇ ਹੋ, ਕਿਆ ਤੁਸੀਂ ਹਯਾਤੀ ਜਿਹੜੀ ਲੰਘਾ ਰਹੇ ਹੋ, ਕਿਆ ਉਹਦੇ ਮਾਣ ਵਾਲੀ ਹਯਾਤੀ ਵਧਾ ਰਹੇ ਹੋ, ਜਾਂ ਤੁਸੀਂ ਉਹ ਕੰਮ ਕਰ ਰਹੇ ਹੋ ਰੋਜ਼ੀ ਕਮਾਉਣ ਲਈ, ਔਰ ਤੁਸੀਂ ਮਾਣ ਵਿੱਚ ਨਹੀਂ ਰਹਿ ਰਹੇ ਹੋ, ਨਿਮਾਣਤਾ ਵਿੱਚ ਰਹਿ ਰਹੇ ਹੋ। ਅੱਛਾ, ਮੈਨੂੰ ਇਹ ਕਹਿਣ ਦਿਓ ਕਿ ਕਿਉਂਕਿ ਸ਼ਾਹ ਹੁਸੈਨ ਦੀ ਜ਼ਬਾਨ ਬਹੁਤ ਸੌਖੀ ਹੈ ਅਤੇ ਉਹ ਲੱਗਦਾ ਕਿ ਬੜੀ ਕਲੈਰਿਟੀ ਹੈ ਬਹੁਤ, ਲੇਕਿਨ ਉਤਨੀ ਹੀ ਐਂਬੀਗਿਊਟੀ ਮੌਜੂਦ ਹੈ। ਐਂਬੀਗਿਊਟੀ ਨਹੀਂ ਕਹਾਂਗਾ, ਮੈਂ ਕਹਾਂਗਾ ਉਨੀ ਹੀ ਪੇਸ਼ਦਾਰ ਹੈ। ਅਸਲ ਦੇ ਵਿੱਚ ਇਹ ਵੀ ਤੁਸੀਂ ਗੱਲ ਦੁਰਸਤ ਕਹੀ ਹੈ ਕਿ ਜਿੰਨੇ ਸ਼ਾਇਰ ਬਹੁਤ ਸਿੱਧੀ ਜ਼ਬਾਨ ਵਾਲੇ ਨੇ ਨਾ, ਜਿਵੇਂ ਬੁੱਲੇ ਸ਼ਾਹ ਵੀ ਹੈ, ਉਤਨੇ ਔਖੇ ਨੇ, ਉਹ ਓਨੇ ਹੀ ਪੇਸ਼ਦਾਰ ਨੇ। ਇਹ ਲੋਕਾਂ ਦਾ, ਔਰ ਇਹੋ ਹੀ ਉਹਨਾਂ ਦੀ ਖੂਬੀ ਹੁੰਦੀ ਹੈ ਕਿ ਉਹਨਾਂ ਨੂੰ ਅੱਜ ਵੀ ਸ਼ਾਹ ਹੁਸੈਨ ਦੀ ਕਾਫੀ ਨੂੰ ਬੜੇ ਸ਼ੌਕ ਨਾਲ ਲੋਕ ਗਾਉਂਦੇ ਨੇ, ਔਰ ਹਰ ਗਵੱਈਆ ਗਾਉਂਦਾ ਹੈ, ਔਰ ਬੁੱਲੇ ਸ਼ਾਹ ਦੀ ਕਾਫੀ ਨੂੰ ਵੀ ਗਾਉਂਦਾ ਹੈ, ਔਰ ਉਹ ਇੱਕ ਆਮ ਪੱਧਰ ਦੇ ਉੱਤੇ ਉਹਦੀ ਬੜੀ ਐਪਰੀਸੀਏਸ਼ਨ ਵੀ ਹੁੰਦੀ ਹੈ। ਉਹ ਅੱਜ ਦੀ ਮਾਡਰਨ ਆਮ ਬੰਦੇ ਲਈ ਵੀ ਹੈ, ਉਹ ਖਾਸ ਬੰਦੇ ਲਈ, ਇਹੋ ਉਹਦੀ ਖੂਬੀ ਹੈ। ਸੋ ਮਤਲਬ ਐਂਬੀਗੁਇਟੀ ਮੈਂ ਨਹੀਂ ਕਹਾਂਗਾ, ਮੈਂ ਇਹ ਕਹਾਂਗਾ ਕਿ ਉਹਦੇ 'ਚ ਪੇਸ਼ ਬਹੁਤ ਨੇ। ਅਗਰ ਉਹਦੇ ਡੂੰਘ ਵਿੱਚ ਜਾਓ, ਅਗਰ ਉੱਤੋਂ ਤੁਸੀਂ ਇੱਕ ਆਮ ਨਸੀਓ ਅਸੀਂ ਨਾਨਾ ਦੀ ਆਖੇ ਲੱਗੇ, ਅਗਰ ਤਾਂ ਤੁਸੀਂ ਮਤਲਬ ਇੱਕ ਸਿੱਖ ਗਾਉਣ ਸੁਣ ਰਹੇ ਹੋ, ਮਨ ਪਰਚਾ ਰਹੇ ਹੋ, ਉਹ ਵੀ ਠੀਕ ਹੈ, ਠੀਕ ਹੈ। ਪਰ ਜੇ ਤੁਸੀਂ ਉਹਨੂੰ ਖਲੋ ਕੇ ਵੇਖਣਾ ਸ਼ੁਰੂ ਕਰ ਦਿਓ ਕਿ ਯਾਰ ਇਹ ਕਹਿ ਕੀ ਅਸਲ 'ਚ ਗੱਲ ਕੀ ਹੋ ਰਹੀ ਹੈ, ਤਾਂ ਉਹ 'ਚ ਪੇਸ਼ ਵੀ ਬੜੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹਨੂੰ ਐਂਬੀਗੁਇਟੀ ਨਾ ਕਹੋ, ਇਹਨੂੰ ਪੇਸ਼ਦਾਰੀ ਕਹੋ। ਅੱਛਾ, ਇਹ ਕੰਮ ਹੈ ਆਈਡੀਆਜ਼ ਵਾਲਾ, ਅੱਗੇ ਮੈਂ ਜ਼ੋਰ ਦੇਣਾ ਚਾਹ ਰਿਹਾ ਸਾਂ, ਅਤੇ ਇਹ ਆਈਡੀਆਜ਼ ਜਿਹੜੇ ਨੇ ਇਹ ਕਿਆ ਸਿਰਫ ਤੁਹਾਡੇ 'ਤੇ ਆ ਜਾਂਦੇ ਨੇ, ਉੱਤੋਂ ਕੋਈ ਕੰਮ ਹੁੰਦਾ ਹੈ ਕਿ ਤੁਹਾਡੇ ਦਿਨ 'ਚ ਆ ਗਿਆ, ਤੁਸੀਂ ਲਿਖਣਾ ਸ਼ੁਰੂ ਕਰਤਾ, ਇਹ ਕਾਫੀ ਸ਼ਾਹ ਹੁਸੈਨ ਨੇ ਲਿਖਣੀ ਸ਼ੁਰੂ ਕਰਤੀ, ਜਾਂ ਫਿਰ ਉਹਦੇ 'ਚ ਕੋਈ ਮਿਹਨਤ ਵੀ ਇਨਵਾਲਵ ਹੁੰਦੀ ਹੈ, ਤਜਰਬਾ ਦੇ ਇਨਵਾਲਵ ਹੁੰਦਾ ਹੈ ਨਾ, ਤਜਰਬਾ ਉਹਨਾਂ ਨੇ ਤਜਰਬਾ ਕੀਤਾ, ਐਕਸਪੀਰੀਅੰਸ ਕੀਤਾ, ਚੀਜ਼ਾਂ ਦੇਖੀਆਂ। ਦੇਖੋ ਨਾ, ਇਹਦੇ 'ਚ ਗੱਲ ਇਹ ਹੈਗੀ ਹੈ ਕਿ ਸ਼ਾਇਰੀ ਲਿਖਣ ਦੇ ਵਿੱਚ ਸਿਰਫ ਇਹ ਤਾਂ ਨਹੀਂ, ਸ਼ਾਇਰੀ ਇੱਕ ਕਰਾਫਟ ਵੀ ਤਾਂ ਹੈ। ਠੀਕ ਹੈ, ਮੈਂ ਇਹੀ ਪੁੱਛ, ਔਰ ਕਰਾਫਟ ਜਿਹੜੀ ਹੈ, ਸ਼ਾਇਰੀ ਦੀ ਕਰਾਫਟ ਜਿਹੜੀ ਹੈ, ਉਹਨੂੰ ਸਿੱਖਣਾ, ਡਿਵੈਲਪ ਕਰਨਾ, ਉਹ ਇੱਕ ਖੁਦਾਦਾਦ ਵੀ ਹੈ, ਲੇਕਿਨ ਉਹ ਇੱਕ ਲਰਨ, ਉਹ ਇੱਕ ਕਸਬ ਦੀ ਚੀਜ਼ ਹੈ, ਉਹ ਕਸਬ ਨਾਲ ਆਉਂਦੀ ਹੈ, ਉਹ ਸਿੱਖਣ ਨਾਲ ਆਉਂਦੀ ਹੈ। ਹੁਣ ਅਸੀਂ ਤਾਂ ਸ਼ਾਹ ਹੁਸੈਨ ਨੂੰ ਜਦੋਂ ਕਰਨੇ ਆ ਨਾ, ਪੜ੍ਹਨੇ ਆ, ਅਤੇ ਅਸੀਂ ਕਾਫੀ ਸੁਣਨੇ ਹਾਂ, ਅਤੇ ਅਸੀਂ ਸੁਣਨੇ ਹਾਂ ਕਿ ਸ਼ਾਇਦ ਇਹ ਕਾਫੀ ਜਿਹੜੀ ਹੈ ਇਹ ਐਵੇਂ ਲਿਖੀ ਗਈ, ਇਹ ਕਿਤੇ ਉੱਤਰੋਂ ਆਈ ਸੀ ਅਤੇ ਸ਼ਾਹ ਹੁਸੈਨ ਨੇ ਫੜ ਕੇ ਲਿਖ ਦਿੱਤੀ, ਇੰਝ ਤਾਂ ਨਹੀਂ ਹੋਇਆ। ਠੀਕ ਹੈ, ਸ਼ਾਹ ਹੁਸੈਨ ਜਿਹੜਾ ਹੈ ਉਹ ਮਦਰਸਿਆਂ ਦੇ ਵਿੱਚ ਫਾਰਸੀ ਸ਼ਾਇਰੀ ਪਤਾ ਨਹੀਂ ਕੀ ਕੁਛ ਉਹਨੇ ਪੜ੍ਹਿਆ, ਕਿੰਨੀ ਗ੍ਰੈਮਰ ਪੜ੍ਹੀ,
ਠੀਕ, ਕਿੰਨੀ ਅਰੂਜ ਪੜ੍ਹੀ। ਸਵਾਲ ਇਹ ਸੀ ਕਿ ਸ਼ਾਹ ਹੁਸੈਨ ਅਗਰ ਬੰਦਾ ਜਿੰਨਾ ਇੰਨਾ ਬ੍ਰਿਲੀਅੰਟ ਆਦਮੀ, ਇੰਨਾ ਜੀਨੀਅਸ ਆਦਮੀ ਜਿਹੜਾ ਹੈ, ਉਹਦੇ ਲਈ ਸਵਾਲ ਉਸ ਵੇਲੇ ਇਹ ਸੀਗਾ ਕਿ ਉਹ ਬੜੀ ਆਸਾਨੀ ਦੇ ਨਾਲ ਇੱਕ ਕੋਰਟ ਦਾ ਪਰਸ਼ੀਅਨ ਪੋਇਟ ਵੀ ਹੋ ਸਕਦਾ ਸੀ। ਉਸ ਵੇਲੇ ਫਾਰਸੀ ਦੇ ਪੋਇਟ ਸਨ, ਅਕਬਰ ਬਾਦਸ਼ਾਹ ਦੇ ਦਰਬਾਰ ਜਾਂਦਾ, ਫਾਰਸੀ ਸ਼ਾਇਰੀ ਲਿਖਦਾ ਅਤੇ ਉਹਦਾ ਸ਼ਾਇਰ ਹੋ ਜਾਂਦਾ, ਅਤੇ ਅਮੀਰ ਕਬੀਰ ਬਣ ਕੇ ਅਤੇ ਫੀਤਾ ਲਾ ਕੇ ਉਹ ਵੀ ਤੁਰ ਪੈਂਦਾ। ਠੀਕ, ਹੁਣ ਉਹਨੇ ਉਹ ਸ਼ਾਇਰ ਜੋ ਸਾਰੀ ਸਿਖਲਾਈ ਉਹਨੇ ਪਰਸ਼ੀਅਨ ਵਿੱਚ ਉਹਦੀ ਹੋਈ ਸੀਗੀ ਜਾਂ ਅਰਬੀ ਵਿੱਚ ਹੋਈ ਸੀ, ਉਹਨੇ ਇੰਪਲੀਮੈਂਟ ਕੀਤਾ ਪੰਜਾਬੀ ਵਿੱਚ। ਸੋ ਇੱਕ ਤਰੀਕੇ ਦੇ ਨਾਲ, ਇੱਕ ਤਾਂ ਤੁਹਾਡੀ ਗੱਲ ਇਹ ਹੈਗੀ ਕਿ ਸ਼ਾਇਰ ਹੋਣਾ ਜਿਹੜਾ ਹੈਗਾ ਨਾ ਕਿਸੇ ਵੀ ਲੈਵਲ ਦਾ, ਉਹ ਖੁਦ ਇੱਕ ਸੋਸਾਇਟੀ ਦੇ ਅੰਦਰ ਅਨਯੂਜੁਅਲ ਚੀਜ਼ ਹੈ, ਇੱਕ ਤਰ੍ਹਾਂ ਡਿਫਾਇੰਗ ਚੀਜ਼ ਹੈ ਕਿ ਤੁਸੀਂ ਚੀਜ਼ਾਂ ਨੂੰ ਮੁਖਤਲਿਫ ਤਰੀਕੇ ਨਾਲ ਵੇਖਣ ਦੀ ਕੋਸ਼ਿਸ਼ ਕਰਦੇ ਹੋ, ਈਵਨ ਜਦੋਂ ਤੁਸੀਂ ਰਿਬੈਲੀਅਸ ਪੋਇਟ ਨਹੀਂ ਵੀ ਹੁੰਦੇ ਤੇ। ਠੀਕ ਹੈ, ਇੱਕ ਗੱਲ। ਦੂਜੀ ਗੱਲ, ਫਿਰ ਸ਼ਾਇਰੀ ਦੇ ਕਸਬ ਨੂੰ ਸਿੱਖ ਕੇ ਫਿਰ ਉਹਨੂੰ ਸਿਰਫ ਲੋਕਾਂ ਲਈ ਵਰਤਣਾ, ਇਹ ਇੱਕ ਦੂਸਰੀ ਗੱਲ ਹੈ। ਮਤਲਬ ਇਹ ਹੈ ਕਿ ਪੰਜਾਬੀ ਦੇਖੋ ਨਾ, ਅੱਜ ਵੀ ਤੁਸੀਂ, ਬਲਕਿ ਅੱਜ ਦੀ ਉਸ ਵੇਲੇ ਚਲੋ ਲੋਕ ਵੀ ਸਨ, ਲੱਖਾਂ ਲੋਕ ਸਨ ਜੀ ਜਿਹੜੇ ਕਿ ਪੰਜਾਬੀ ਸੁਣਦੇ ਸਨ, ਸ਼ਾਹ ਹੁਸੈਨ ਦੇ ਆਪਣੇ ਫਾਲੋਅਰ ਵੀ ਲੱਖਾਂ ਸਨ। ਹੁਣ ਤੁਸੀਂ ਦੇਖੋ ਕਿ ਹੁਣ ਅੱਜ ਅਗਰ ਮੈਂ ਅੰਗਰੇਜ਼ ਵਿੱਚ ਲਿਖਣਾ ਹੋਵੇ, ਕੋਈ ਥਾਟ ਲਿਖਣਾ ਹੋਵੇ ਸਿਆਸਤ ਦੇ ਉੱਤੇ ਜਾਂ ਮੁਇਸ਼ਤ ਦੇ ਉੱਤੇ ਜਾਂ ਕਿਸੇ ਵੀ ਗੱਲ ਦੇ ਉੱਤੇ, ਅਤੇ ਅਗਰ ਮੈਂ ਅੰਗਰੇਜ਼ੀ 'ਚ ਲਿਖਾਂ, ਉਹਨੂੰ ਪੜ੍ਹਨ ਵਾਲੇ ਸ਼ਾਇਦ ਹਜ਼ਾਰਾਂ ਨੇ। ਠੀਕ ਹੈ, ਅਤੇ ਜੇ ਮੈਂ ਪੰਜਾਬੀ 'ਚ ਲਿਖਾਂ ਤਾਂ ਉਹਨੂੰ ਪੜ੍ਹਨ ਵਾਲੇ ਸ਼ਾਇਦ ਦਰਜਣਾ 'ਚ ਹੀ ਨੇ ਅਜੇ। ਠੀਕ ਹੈ, ਠੀਕ ਹੈ। ਹੁਣ ਸਵਾਲ ਇਹ ਹੈ ਕਿ ਇਹ ਹੁਣ ਮੈਨੂੰ ਫੈਸਲਾ ਕਰਨਾ ਹੈ ਕਿ ਮੈਨੂੰ ਹਜ਼ਾਰਾਂ ਅਡਮਾਇਰਸ ਦੀ ਥਾਂ ਦੇ ਉੱਤੇ ਦਰਜਣਾ ਕਬੂਲ ਨੇ ਕਿ ਨਹੀਂ ਕਬੂਲ ਹੈਗੇ। ਠੀਕ, ਸੋ ਸ਼ਾਹ ਹੁਸੈਨ ਦਾ ਜਾਂ ਬੁੱਲੇ ਜਾਂ ਬਾ ਫਰੀਦ ਦਾ ਜਾਂ ਗੁਰੂ ਨਾਨਕ ਦਾ ਜਾਂ ਫਿਰ ਉਸ ਤੋਂ ਬਾਅਦ ਵਾਲੇ ਆਉਣ ਵਾਲੇ ਦਾ, ਬੁੱਲੇ ਸ਼ਾਹ ਦਾ ਜਾਂ ਵਾਰਿਸ ਸ਼ਾਹ ਦਾ, ਇਹਨਾਂ ਸਾਰਿਆਂ ਦਾ ਇਹ ਫੈਸਲਾ ਕਿ ਉਹਨਾਂ ਨੇ ਆਪਣੀ ਜ਼ਬਾਨ 'ਚ ਲਿਖਣਾ ਹੈ, ਲੋਕਾਂ ਦੀ ਜ਼ਬਾਨ 'ਚ ਲਿਖਣਾ ਹੈ, ਇਹ ਖੁਦ ਬਹੁਤ ਵੱਡਾ ਇੱਕ ਇਨਕਲਾਬੀ ਕੰਮ ਸੀ। ਸ਼ਾਹ ਹੁਸੈਨ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਪੇਸ਼ਦਾਰੀ ਦੀ, ਕਿ ਬਹੁਤ ਪੇਸ਼ਦਾਰ ਸ਼ਾਇਰ ਹੈ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਦੇਖੋ ਕਿ ਚਰਖਾ ਜਿਹੜਾ ਹੈ, ਔਰ ਚਰਖੇ ਦੇ ਮੁਖਤਲਿਫ ਹਿੱਸੇ ਜਿਹੜੇ ਨੇ, ਉਹ ਆਪ ਦੀ ਸ਼ਾਇਰੀ ਦੇ ਵਿੱਚ ਬਹੁਤ ਥਾਂ ਥਾਂ ਦੇ ਉੱਤੇ ਵਰਤੇ ਗਏ ਨੇ। ਠੀਕ, ਠੀਕ ਹੈ। ਪਰ ਚਰਖੇ ਦੀ ਜਿਹੜੀ ਗੂੰਮ ਚਰਖੜਾ, ਸਾਈਆਂ ਦਾ ਤੇਰੀ ਕੱਤਣ ਵਾਲੀ ਜੀਵੇ, ਕੱਤਣ ਵਾਲੀ ਜੀਵੇ, ਲੜੀਆਂ ਵੱਟਣ ਵਾਲੀ ਜੀਵੇ, ਹੈ ਬੁੱਢਾ ਹੋਇਓ ਸ਼ਾਹ ਹੁਸੈਨਾ, ਦੰਦੀ ਜੀਰਾਂ ਪਈਆਂ, ਉੱਠ ਸਵੇਰੇ ਢੂੰਡਣ ਲੱਗੋ, ਸੰਝ ਦੀਆਂ ਜੋ ਗਈਆਂ, ਗੂੰਮ ਚੜਖੜਾ, ਸਾਈਆਂ ਦਾ ਤੇਰੀ ਕਤਲ। ਹੁਣ ਉਹਦੇ ਵਿੱਚ ਵੀ ਦੋ ਪੇਸ਼ਦਾਰੀ ਇਹ ਹੈ ਕਿ ਉਹ 'ਚ ਦੋਨੋਂ ਤਰ੍ਹਾਂ ਦੀ ਅਮਲ ਨੇ। ਇੱਕ ਤਾਂ ਇੱਕ ਚਰਖਾ ਕਾਤਵੀ, ਠੀਕ ਹੈ, ਦਾਜ ਬਣਾ, ਠੀਕ, ਔਰ ਇਹਦਾ ਮਤਲਬ ਇਹ ਹੈ ਕਿ ਤੂੰ ਐਸੇ ਕੰਮ ਕਰ ਜਿਸ ਤਰ੍ਹਾਂ ਤੂੰ ਇਨਸਾਨੀ ਜ਼ਿੰਦਗੀ ਨੂੰ ਜ਼ਿਆਦਾ ਲਿਵ ਕਰ ਸਕੇ, ਜਾਂ ਤੁਹਾਡੇ ਉਹਦੇ ਲਈ ਉਹ ਲਫ਼ਜ਼ ਹੈ ਖੇਡਣ। ਠੀਕ ਹੈ, ਖੇਡਣ। ਸ਼ਾਹ ਹੁਸੈਨ ਜਿਹੜੀ ਨਵੀਂ ਜਾਤੀ ਹੈ ਉਹਨੂੰ ਲਿਵ ਕਰਨ ਨੂੰ ਖੇਡਣ ਕਹਿੰਦਾ। ਠੀਕ ਹੈ, ਠੀਕ ਹੈ, ਨੀ ਮਾਏ ਮੈਨੂੰ ਖੇਡਣ ਦੇ, ਮੇਰਾ ਵੱਧ ਖੇਡਣ ਗਾਉਣਾ ਸੀ, ਮੇਰਾ ਇਹੋ ਹੀ ਵੇਲਾ ਹੈ, ਇਹੋ ਹੀ ਹਯਾਤੀ ਹੈ। ਇਹ ਵੀ ਇੱਕ ਤਸਵਰ ਹੈ ਸ਼ਾਹ ਹੁਸੈਨ ਦੇ ਵਿੱਚ। ਮੈਂ ਫਿਰ ਆਉਂਦਾ ਉਹ ਚਰਖੇ ਵਾਲੀ ਗੱਲ ਹੈ ਕਿ ਜਿਹੜਾ ਵੇਲਾ ਹੈ ਹਯਾਤੀ ਦਾ, ਉਹ ਇਸ ਜੰਮਣ ਔਰ ਮੌਤ ਦੇ ਦਰਮਿਆਨ ਹੈ। ਠੀਕ, ਇਸ ਤੋਂ ਅੱਗੇ ਨਾ ਹੈ ਕੁਛ ਨਾ ਪਿੱਛੇ, ਇਹੋ ਹੀ ਵੇਲਾ ਹੈ। ਅਗਰ ਤੁਸੀਂ ਕਹੋ ਕਿ ਜੀ ਮੈਂ ਅਮਲ ਕਰ ਰਿਹਾ ਚੰਗੇ ਜਾਂ ਅਤੇ ਹੋਰ ਜ਼ਿੰਦਗੀ ਆਉਣੀ ਹੈ, ਇਹ ਨਹੀਂ ਆਉਣੀ, ਇਹੋ ਹੀ ਵੇਲਾ ਇਸੇ ਯਾਤੀ ਦੇ ਵਿੱਚ ਹੀ, ਇਹੋ ਹੀ ਮਰਨ ਔਰ ਜੀਣ ਦੇ ਦਰਮਿਆਨ ਜਿਹੜਾ ਵੇਲਾ, ਇਹੋ ਹੀ ਤੁਸੀਂ, ਇਹੋ ਹੀ ਤੁਹਾਡੀ ਖੇਡਣ ਦਾ ਵੇਲਾ। ਇਹਨੂੰ ਤੁਸੀਂ ਮਾਣ 'ਚ ਗਵਾ ਸਕਦੇ ਹੋ ਜਾਂ ਨਿਮਾਣਤਾ ਵਿੱਚ ਗੁਜ਼ਾਰ ਸਕਦੇ ਹੋ। ਚਰਖੇ ਵਾਲੀ ਗੱਲ ਮੈਂ ਇਹ ਕਹਿ ਰਿਹਾ ਸਾਂ ਕਿ ਚਰਖਾ ਜਿਹੜਾ ਹੈ ਉਹ ਕਿਸੇ ਜਗ੍ਹਾ ਦੇ ਉੱਤੇ ਆਪ ਕਹਿੰਦੇ ਨੇ ਕਿ ਚਰਖਾ ਕੱਤ, ਦਾਜ ਬਣਾ,
ਇਹਨੀ ਫਿਰ ਕਹਿੰਦੇ ਨੇ ਕਿ ਭਲਾ ਹੋਇਆ ਮੇਰਾ ਚਰਖਾ ਟੁੱਟਾ ਮੇਰੀ ਜਿੰਦ ਦਾ ਅਜ਼ਾਬੋਂ ਛੁੱਟੀ ਜਾਨ ਛੁੱਟ ਗਈ ਜਾਨ ਛੁੱਟ ਗਈ ਯਾ ਵੋ ਯਾਰ ਜਿਨ੍ਹਾਂ ਨੂੰ ਇਸ਼ਕ ਉਹਨਾਂ ਕੱਥਣ ਕੇ ਆ ਅਲਬੇਲੀ ਕਿਉਂ ਕੱਥੇ ਅਲਬੇਲੀ ਕਿਉਂ ਕੱਥੇ ਜਿਹਨਾਂ ਦਾ ਹੈ ਮਤਲਬ ਜਿਨ੍ਹਾਂ ਦੀ ਮਸਲਤ ਹੈ ਜਿਨ੍ਹਾਂ ਦੀ ਮਸਲਤ ਹੈ ਜਿਨ੍ਹਾਂ ਨੇ ਇਸ ਦੁਨੀਆਂ ਦੇ ਵਿੱਚ ਕੁਛ ਕਮਾਉਣਾ ਖਾਣਾ ਖੱਟਣਾ ਵੱਟਣਾ ਹੈ ਜਿਹਨਾਂ ਇਸ ਦੁਨੀਆਂ 'ਚ ਮਾਣ ਵਧਾਉਣਾ ਉਹ ਕੱਥਣ ਮੈਂ ਕਿਉਂ ਕੱਥਾਂ ਸੋ ਇੱਥੇ ਵੀ ਦੇਖੋ ਤੁਸੀਂ ਕੱਥਣ ਦੇ ਵਿੱਚ ਵੀ ਸ਼ਾਹ ਹੁਸੈਨ ਨੇ ਦੋਵੇਂ ਤਰ੍ਹਾਂ ਹੀ ਰਮਜ਼ ਵਰਤੀ ਹੈ ਇਸ ਲਈ ਉਹ ਬਹੁਤ ਪੇਚਦਾ ਸ਼ਾਇਰ ਹੈ ਬਹੁਤ ਔਖਾ ਅੱਛਾ ਇਹ ਜਿਹੜੀ ਰਮਜ਼ਾ ਨੇ ਇਹ ਫਿਰ ਹਾਲੇ ਤੱਕ ਕੰਟੀਨਿਊ ਨੇ ਜਾਂ ਬਸ ਫਿਰ ਕਿਤੇ ਰੁਕ ਗਈਆਂ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਕੰਟੀਨਿਊਡ ਨੇ ਮਤਲਬ ਮਾਂ ਦਾ ਜਿਹੜਾ ਦੇਖੋ ਨਾ ਪਹਿਲਾਂ ਜਿਹੜੀ ਗੱਲ ਹੈਗੀ ਹੈ ਨੀ ਮਾਏ ਪਹਿਲੀ ਗੱਲ ਤਾਂ ਹੈ ਕਿ ਸ਼ਾਹ ਹੁਸੈਨ ਜਿਹੜੀ ਸਾਨੂੰ ਸ਼ੁਰੂ 'ਚ ਹੀ ਕਰ ਲੈਣੀ ਚਾਹੀਦੀ ਸੀ ਜ਼ਨਾਨੀ ਦੀ ਆਵਾਜ਼ 'ਚ ਗੱਲ ਕਰ ਰਿਹਾ ਇੱਕ ਜ਼ਨਾਨੀ ਹੈ ਜਿਹੜੀ ਦੁਨੀਆਂ ਨਾਲ ਐਡਰੈਸ ਕਰ ਰਹੀ ਹੈ ਅੱਛਾ ਹਾਂ ਆਪਣੇ ਆਪ ਨੂੰ ਫੀਮੇਲ ਫੀਮੇਲ ਹੈ ਪੂਰੀ ਸ਼ਾਇਰੀ ਦੇ ਵਿੱਚੋਂ ਫੀਮੇਲ ਹੈ ਔਰ ਫੀਮੇਲ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਓਪਰੈਸਡ ਹੈ ਠੀਕ ਹੈ ਠੀਕ ਹੈ ਠੀਕ ਸੋ ਉਹ ਜਿਹੜੀ ਰੀਤ ਹੈ ਉਹ ਅੱਗੇ ਬੁੱਲੇ ਸ਼ਾਹ 'ਚ ਵੀ ਚੱਲਦੀ ਹੈ ਉਹ ਅੱਗੇ ਸ਼ਿਵ ਕੁਮਾਰ ਬਟਾਲਵੀ ਤੱਕ ਆ ਜਾਂਦੀ ਹੈ ਸੋ ਕੰਟੀਨਿਊਡ ਰਹੀ ਸਾਰੀ ਉਹ ਕੰਟੀਨਿਊਡ ਰਹੀ ਹੈ ਇਸ ਲਈ ਮੈਂ ਸ਼ੁਰੂ 'ਚ ਕਿਹਾ ਸੀ ਕਿ ਬਈ ਸ਼ਾਹ ਹੁਸੈਨ ਨੇ ਬਾਜ਼ ਪੈਰਾਮੀਟਰ ਐਸੇ ਸੈੱਟ ਕਰ ਦਿੱਤੇ ਔਰ ਬਾਜ਼ ਪੈਟਰਨਸ ਐਸੇ ਇਸਟੈਬਲਿਸ਼ ਕਰ ਦਿੱਤੇ ਕਿ ਉਹ ਅੱਜ ਤੱਕ ਵੀ ਜਿਹੜੇ ਨੇ ਉਹ ਪ੍ਰਚਲਿਤ ਨੇ